ਹੈਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਵੈਲਕਮ ਟੂ ਰਾਜਮਨੋਤਰ ਆਈਐਸ ਅਕੈਡਮੀ ਜਿਵੇਂ ਕਿ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਅਸੀਂ ਪ੍ਰੀਵੀਅਸ ইয়ার ਦੇ ਕੁਐਸਚਨਸ ਡਿਸਕਸ ਕਰਾਂਗੇ ਪੀਸੀਐਸ ਦੇ ਬੇਸ਼ੱਕ ਉਹ 2013 ਦੇ ਹੋਣ 15 ਦੇ ਹੋਣ ਜਾਂ 18 ਦੇ ਹੋਣ ਅੱਜ ਉਸੇ ਨੂੰ ਆਪਾਂ ਅੱਗੇ ਵਧਾਉਂਦੇ ਹੋਏ ਅੱਜ ਆਪਾਂ ਡਿਸਕਸ کیا ਕਰਨਾ ਹੈ ਪੰਜਾਬ ਜੀਕੇ ਜਿੰਨੀ ਵੀ ਪੰਜਾਬ ਜੀਕੇ ਆਈ ਹੈ 13 15 ਜਾਂ 18 ਦੇ ਪੇਪਰਾਂ ਦੇ ਵਿੱਚ ਠੀਕ ਹੈ ਉਸ ਚ ਕਿਹੜੇ ਕਿਹੜੇ ਕੁਐਸਚਨ ਆਏ ਨੇ ਸਟੈਟਿਕ ਆਏ ਨੇ ਜਾਂ ਕਰੰਟ ਆਏ ਨੇ ਉਹਨਾਂ ਦੀ ਸਾਰਿਆਂ ਦੀ ਐਨਾਲਿਸਿਸ ਕਰਾਂਗੇ ਆਪਾਂ ਡਿਟੇਲ ਤਰੀਕੇ ਨਾਲ ਤੇ ਡੈਪਥ ਚ ਕਰਾਂਗੇ ਤੇ ਇੱਕ ਇੱਕ ਕੁਐਸਚਨ ਨੂੰ ਸੋਲਵ ਕਰਕੇ ਦੇਖਾਂਗੇ ਤਾਂ ਕਿ ਸਾਨੂੰ ਪਤਾ ਚੱਲ ਸਕੇ ਕਿ ਪੇਪਰ ਦਾ ਪੈਟਰਨ ਕਿਸ ਤਰੀਕੇ ਨਾਲ ਬਣਦਾ ਹੈ ਠੀਕ ਹੈ ਜੀ ਤਾਂ ਸਟਾਰਟ ਕਰਦੇ ਹਾਂ ਜੀ ਅੱਜ ਆਪਣੇ ਪਹਿਲੇ 2013 ਦੇ ਕੁਐਸਚਨਾਂ ਤੋਂ ਠੀਕ ਹੈ ਜੀ ਤਾਂ ਸਭ ਤੋਂ ਪਹਿਲਾ ਕੁਐਸਚਨ ਆਪਾਂ ਦੇਖਦੇ ਹਾਂ ਵੇਅਰ ਇਜ਼ ਦ ਸਟਾਕ ਐਕਸਚੇਂਜ ਲੋਕੇਟਿਡ ਇਨ ਪੰਜਾਬ ਪਹਿਲਾ ਕੁਐਸਚਨ ਕੀ ਹੈ ਵੇਅਰ ਇਜ਼ ਦ ਸਟਾਕ ਐਕਸਚੇਂਜ ਲੋਕੇਟਿਡ ਇਨ ਪੰਜਾਬ ਅਗਰ ਇਦੀ ਮੈਂ ਗੱਲ ਕਰ ਰਹੇ ਹਾਂ ਇਟ ਇਜ਼ ਬੇਸਿਕਲੀ ਕਿਹੜਾ ਕੁਐਸਚਨ ਹੈ ਇਹ ਆਪਾਂ ਕਹਿ ਸਕਦੇ ਹਾਂ ਕੁਐਸਚਨ ਕਿਹੜਾ ਹੈ ਸਟੈਟਿਕ ਕਿਵੇਂ ਕਿ ਸਿੱਧਾ ਜਿਹਾ ਪੁੱਛ ਲਿਆ ਉਹਨੇ ਕਿ ਵੀ ਪੰਜਾਬ ਚ ਸਟਾਕ ਐਕਸਚੇਂਜ ਕਿੱਥੇ ਲੋਕੇਟਿਡ ਹੈ ਜਿਵੇਂ ਇੰਡੀਆ ਦੀ ਗੱਲ ਕਰੀਏ ਤਾਂ ਆਪਾਂ ਕਹਿੰਦੇ ਸਟਾਕ ਐਕਸਚੇਂਜ ਕਿੱਥੇ ਲੋਕੇਟਿਡ ਨੇ ਮੁੰਬਈ ਮੁੰਬਈ ਕਿਉਂ ਕਿਉਂਕਿ ਉਹ ਕੀ ਹੈ ਫਾਈਨੈਂਸ਼ੀਅਲ ਕੈਪੀਟਲ ਇੱਕ ਨੈਸ਼ਨਲ ਕੈਪੀਟਲ ਹੁੰਦੀ ਹੈ ਫਾਈਨੈਂਸ਼ੀਅਲ ਕੈਪੀਟਲ ਹੁੰਦੀ ਹੈ ਉਵੇਂ ਜੇ ਮੈਂ ਪੰਜਾਬ ਦੀ ਗੱ ਇਹਦਾ ਆਨਸਰ ਕੀ ਹੋ ਗਿਆ ਫਿਰ ਡੀ ਨਨ ਆਫ ਦਾ ਅਬਵ ਇਹਦਾ ਮਤਲਬ ਕੀ ਹੈ ਕਿ ਸਟਾਕ ਐਕਸਚੇਂਜ ਲੋਕੇਟਡ ਪੰਜਾਬ ਚ ਕਿੱਥੇ ਹੈ ਇਨ ਲੁਧਿਆਣਾ ਬਾਕੀ ਤਿੰਨਾਂ ਚ ਕਿਤੇ ਵੀ ਲੋਕੇਟਡ ਨਹੀਂ ਹੈ ਇਸ ਕਰਕੇ ਇਹਦਾ ਆਨਸਰ ਕੀ ਹੈ ਫਰਸਟ ਆਪਸ਼ਨ ਥੈਟ ਇਜ਼ ਡੀ ਨਨ ਆਫ ਦਾ ਅਬਵ ਕਲੀਅਰ ਹੈ ਜੀ ਇਹਨੀ ਗੱਲ ਨੈਕਸਟ ਕੁਐਸਚਨ ਕਨਸੀਡਰ ਦਾ ਫੋਲੋਇੰਗ ਸਟੇਟਮੈਂਟਸ ਰਿਗਾਰਡਿੰਗ ਰਿਵਰ ਬਿਆਸ ਦੇਖੋ ਇੱਕ ਚੀਜ਼ ਬਹੁਤ ਇੰਪੋਰਟੈਂਟ ਪੱਲੇ ਬੰਨ ਲਓ ਕਿ ਜਿਹੜੇ ਜੀਓਗ੍ਰਾਫੀ ਦੇ ਕੁਐਸਚਨਸ ਨੇ ਪੀਸੀਐਸ ਤੇ ਬਹੁਤ ਇੰਪੋਰਟੈਂਟ ਨੇ ਕਿ ਜੇ ਤੁਸੀਂ ਪੰਜਾਬ ਦਾ ਪੇਪਰ ਦੇ ਰਹੇ ਹੋ ਤਾਂ ਤੁਹਾਨੂੰ ਉਹਦੀ ਜੀਓਗ੍ਰਾਫੀ ਏ ਟੂ ਜ਼ੈਡ ਪਤਾ ਹੋਣੀ ਚਾਹੀਦੀ ਹੈ ਕਿ ਕਿਹੜੀ ਕਿਹੜੀ ਡਿਸਟ੍ਰਿਕਟਸ ਨੇ ਕਿਹੜੀ ਕਿਹੜੀ ਤਹਿਸੀਲਾਂ ਨੇ ਕਿੱਥੇ ਕਿਹੜਾ ਸ਼ਹਿਰ ਲੋਕੇਟਡ ਹੈ ਬਹੁਤ ਇੰਪੋਰਟੈਂਟ ਹੈ ਤੇ ਉਹਦੇ ਵਿੱਚ ਸਾਡੇ ਜਿਹੜੇ ਦਰਿਆ ਆਉਂਦੇ ਨੇ ਜਿਵੇਂ ਬਿਆਸ ਰਾਵੀ ਚਨਾਬ ਜੇਲਮ ਇਹ ਸਾਰੇ ਬਾਰੇ ਵੀ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ ਠੀਕ ਹੈ ਜੀ ਤਾਂ ਕੁਐਸਚਨ ਸਿੱਧਾ ਆ ਗਿਆ 2013 ਚ ਕਿਸ ਦੇ ਰਿਲੇਟਡ ਬਿਆਸ ਦੇ ਰਿਲੇਟਡ ਹੁਣ ਤਿੰਨ ਸਟੇਟਮੈਂਟਾਂ ਦੇਤੀਆਂ ਨੇ ਪਹਿਲੀ ਸਟੇਟਮੈਂਟ ਕੀ ਕਹਿ ਰਹੀ ਹੈ ਰਿਵਰ ਬਿਆਸ ਓਰੀਜਿਨੇਟ ਫਰਮ ਬਰਾਸੂ ਪਾਸ ਇ ਸਾਨੂੰ ਨਹੀਂ ਪਤਾ ਜੇ ਗਲਤ ਹੈ ਕਿ ਸਹੀ ਹੈ ਠੀਕ ਹੈ ਕੁਐਸਚਨ ਪੜ੍ਹ ਲੈਣੇ ਹਨ ਸੈਕਿੰਡ ਪੈਂਡੋਰ ਰਿਜ਼ਰਵਾਇਰ ਐਂਡ ਪੋਂਗ ਰਿਜ਼ਰਵਾਇਰ ਆਰ ਬਿਲਟ ਓਵਰ ਦਾ ਰਿਵਰ ਕਹਿੰਦੇ ਦੋ ਰਿਜ਼ਰਵਾਇਰ ਬਣੇ ਹੋਏ ਨੇ ਪੰਡੋ ਤੇ ਪੋਂਗ ਤੀਜਾ ਇਟ ਜੁਆਇਨਸ ਰਿਵਰ ਸਤਲੁਜ ਐਟ ਹਰੀਕੇ ਪਤਨ ਪੁੱਛਿਆ ਰਿਹਾ ਕੁਐਸਚਨ ਚ ਧਿਆਨ ਨਾਲ ਪੜ੍ਹਨੀ ਹੈ ਗੱਲ ਵਿਚ ਆਫ ਦਾ ਫੋਲੋਇੰਗ ਸਟੇਟਮੈਂਟਸ ਇਜ਼ অর ਆਰ ਨਾਟ ਕਰੈਕਟ ਇਸਟ ਕੈਚ ਹੈ ਬੱਚਿਆਂ ਨੇ ਇੱਥੇ ਗਲਤੀ ਕਰ ਦੇਣੀ ਹੈ ਉਹਨਾਂ ਨੇ ਕਰੈਕਟ ਸਟੇਟਮੈਂਟ ਦਾ ਆਨਸਰ ਮਾਰਕ ਕਰ ਦੇਣਾ ਜਦ ਕਿ ਪੁੱਛਿਆ ਗਿਆ ਗਿਆ ਨਾਟ ਕਰੈਕਟ ਤਸਾਂ ਨੂੰ ਇਸ ਚਾਂਸਰ ਕਿਸ ਚੀਜ਼ ਦਾ ਦੇਣਾ ਹੈ கரੈਕਟ ਜਿਹੜੀ ਨਹੀਂ ਹੈਗੀ ਹੈ ਤਾਂ ਜੇ ਆਪਾਂ ਇਹਨੂੰ ਡਿਸਕਸ ਕਰੀਏ ਪਹਿਲੀ ਗੱਲ ਜਿਨ੍ਹਾਂ ਨੇ ਜੀਓਗ੍ਰਾਫੀ ਪੜ੍ਹ ਰੱਖੀ ਹੈ ਰਿਵਰ ਬਿਆਸ ਕਦੇ ਵੀ ਬਰਾਸੂ ਪਾਸ ਤੋਂ ਨਹੀਂ ਆਉਂਦੀ ਇਟ ਕਮਸ ਫਰੋਮ ਰੋਹਤਾਂਗ ਪਾਸ ਕਿੱਥੋਂ ਆਉਂਦੀ ਹੈ ਇਹ ਰੋਹਤਾਂਗ ਪਾਸ ਤੇ ਇਹ ਕਿੱਥੇ ਲੋਕੇਟਿਡ ਹੈ ਕੁੱਲੂ ਡਿਸਟ੍ਰਿਕਟ ਆਫ ਹਿਮਾਚਲ ਪ੍ਰਦੇਸ਼ ਤੇ ਪਹਿਲੀ ਸਟੇਟਮੈਂਟ ਕੀ ਹੋ ਜਾਂਦੀ ਹੈ ਗਲਤ ਪਹਿਲੀ ਸਟੇਟਮੈਂਟ ਕੀ ਹੋ ਜਾਂਦੀ ਹੈ ਗਲਤ ਜਿਹੜੇ ਆ ਦੋ ਡੈਮ ਨੇ ਜਿਹੜੇ ਦੱਸੇ ਗਏ ਨੇ ਪੰਡੋ ਤੇ ਪੋਂਗ ਇਹ ਬਿਲਕੁਲ ਕਿਹਾਨੇ கரੈਕਟ ਤੇ ਜੇ ਥੱਲੇ ਗੱਲ ਕਰੀਏ ਥੱਲੇ ਵੀ ਬਿਲਕੁਲ ਕਰੈਕਟ ਹੈ ਕਿ ਜਿਹੜੀ ਬਿਆਸ ਰਿਵਰ ਹੈ ਸਤਲੁਜ ਦੇ ਨਾਲ ਮਿਲਦੀ ਹੈ ਕਿੱਥੇ ਹਰੀਕੇ ਪਤਨ ਤੇ ਆਪਣਾ ਬਹੁਤ ਇੰਪੋਰਟੈਂਟ ਕੀ ਆ ਹੈ ਵੈਟ ਲੈਂਡ ਵੀ ਹੈਗਾ ਹੈ। ਕੀ ਆ ਇੰਪੋਰਟੈਂਟ ਵੈਟ ਲੈਂਡ ਤੇ ਕਿੱਥੇ ਸਿਚੁਏਟਿਡ ਹੈ ਤਰਨ ਤਾਰਨ ਦੇ ਵਿੱਚ। ਸੈਕਿੰਡ ਤੇ ਥਰਡ ਸਾਡੀ ਕੀ ਹੋਗੀ ਕਰੈਕਟ ਇਨਕਰੈਕਟ ਕਿਹੜੀ ਹੋਗੀ ਪਹਿਲੀ ਕੁਐਸਚਨ ਕੀ ਹੈ ਵਿਚ ਆਫ ਦਾ ਫੋਲੋਇੰਗ ਆਰ ਨਾਟ ਕਰੈਕਟ ਆਨਸਰ ਕੀ ਹੋਇਆ ਓਨਲੀ 1। ਕਲੀਅਰ ਹੈ ਜੀ ਇਹਨੀ ਗੱਲ? 무ਵਿੰਗ ਆਨ ਟੂ ਦਾ ਨੈਕਸਟ ਕੁਐਸਚਨ। ਮੈਚ ਦਾ ਫੋਲੋਇੰਗ ਫਿਰ ਦੇਖੋ ਦਰਿਆਵਾਂ ਦੇ ਉੱਤੇ ਕੁਐਸਚਨ ਮੈਂ ਕਿਹਾ ਸੀਗਾ ਦਰਿਆ ਦੇ ਉੱਤੇ ਕੁਐਸਚਨ ਬਹੁਤ ਇੰਪੋਰਟੈਂਟ ਨੇ ਠੀਕ ਹੈ ਜੀ ਕੁਐਸਚਨ ਕਿਹਾ ਧਿਆਨ ਨਾਲ ਦੇਖੋ ਇੱਕ ਰਿਵਰ ਦਾ ਨਾਮ ਦਿੱਤਾ ਤੇ ਉਹਦੇ ਕਿ ਐਂਸ਼ੀਅੰਟ ਨੇਮ ਲਿਖਿਆ ਹੋਇਆ ਹੈ ਇੱਕ ਰਿਵਰ ਦਾ ਨਾਮ ਤੇ ਉਹਦਾ ਐਂਸ਼ੀਅੰਟ ਨੇਮ ਕੁਐਸਚਨ ਕੀ ਹੈ ਇਟਸ ਜਸਟ ਅ ਸਟੈਟਿਕ ਕੁਐਸਚਨ ਜਦ ਤੁਸੀਂ ਬੇਸਿਕ ਤਿਆਰੀ ਵੀ ਕਰਦੇ ਹੋ ਨਾ ਤਾਂ ਇਹਨਾਂ ਚੀਜ਼ਾਂ ਨੂੰ ਆਪਾਂ ਪਹਿਲਾਂ ਪੜ੍ਹਦੇ ਹਾਂ ਵਿਆਸ ਰਾਵੀ ਚਨਾਬ ਜੇਲਮ ਐਂਸ਼ੀਅੰਟ ਨੇਮ ਨੇ ਅਸਕਨੀ ਵਿਪਸ ਪਰੋਸ਼ਨੀ ਤੇ ਵਿਤਸਤਾ ਕਰਨਾ ਇਸ ਮੈਚ ਦਾ ਫੋਲੋਇੰਗ ਕੰਮ ਸੌਖਾ ਕਰ ਦਈਏ ਵਿਆਸ ਨੂੰ ਚੱਕ ਦੋ ਵਿਪ ਰਾਵੀ ਪਰੋਸ਼ਨੀ ਚਨਾਬ ਅਸਕਨੀ ਝੇਲਮ ਵਿਤਸਤ ਕੀ ਬਣਿਆ 2 3 1 4 ਟਿਕ ਕਿਹੜੀ ਆਪਸ਼ਨ ਆਪਸ਼ਨ ਸੀ ਕਲੀਅਰ ਹੈ ਜੀ ਗੱਲ ਤੇ ਕੁਐਸਚਨ ਦੇਖੋ ਕਿੰਨਾ ਸੌਖਾ ਸੀਗਾ ਜਸਟ ਆਪਾਂ ਨੂੰ ਮੈਚ ਕਰਨਾ ਸੀਗਾ ਇੱਕ ਰਿਵਰ ਤੇ ਉਹਦੇ ਐਂਸ਼ੀਐਂਟ ਨੇਮਸ ਕਲੀਅਰ ਹੈ ਜੀ ਨੈਕਸਟ ਕੁਐਸਚਨ ਵਿਚ ਆਫ ਦਾ ਫੋਲੋਇੰਗ ਪੇਅਰਸ ਇਜ਼ অর ਆਰ ਨਾਟ ਕਰੈਕਟਲੀ ਮੈਚਡ ਇੱਕ ਚੀਜ਼ ਆਪਾਂ ਇੱਕ ਹੋਰ ਯਾਦ ਰੱਖਣੀ ਹੈ ਜਦ ਆਪਾਂ ਪੀਸੀਐਸ ਦੇ ਪੇਪਰ ਦੇਖਦੇ ਆਂ ਪੰਜਾਬ ਜੀਕੇ ਦੇ ਪੇਪਰ ਦੇਖਦੇ ਆਂ ਇਨ ਇਤ ਬਹੁਤ ਸਾਰੇ ਕੁਐਸਚਨ ਆਉਂਦੇ ਜਿਹੜੇ ਮੈਚ ਦਾ ਫਾਲੋਇੰਗ ਨੂੰ ਲੈ ਕੇ ਆਉਂਦੇ ਨੇ ਕਿਨੂੰ ਲੈ ਕੇ ਆਉਂਦੇ ਨੇ ਮੈਚ ਦਾ ਫਾਲੋਇੰਗ ਤੇ ਜਿਵੇਂ ਮੈਚ ਦਾ ਫਾਲੋਇੰਗ ਦੀ ਗੱਲ ਕਰ ਰਹੇ ਆ ਇਸ ਤੇ ਸਾਡੇ ਕੋਲ ਕੁਝ ਵਾਈਲਡਲਾਈਫ ਸੈਂਚਰੀਜ਼ ਨੇ ਤੇ ਨਾਲ ਕੁਝ ਉਹਦੀਆਂ ਲੋਕੇਸ਼ਨਾਂ ਦਿੱਤੀਆਂ ਗਈਆਂ ਨੇ ਤੇ ਸਾਨੂੰ ਪਤਾ ਹੈ ਕਿ ਇਹ ਜੇ ਕੁਐਸਚਨ ਜੀਕੇ ਦਾ ਹੈਗਾ ਪਰ ਕਿਹੜੇ ਐਸਪੈਕਟ ਹੈ এনवायरमेंट ਐਸਪੈਕਟ ਹੈ ਕਿਹੜਾ ਐਸਪੈਕਟ ਹੈ এনवायरमेंट ਸਾਡੇ ਕੋਲ ਚਾਰ ਵਾਈਲਡਲਾਈਫ ਸੈਂਚਰੀਜ਼ ਨੇ ਚਾਰ ਲੋਕੇਸ਼ਨਾਂ ਨੇ ਕੁਐਸਚਨ ਚ ਪੁੱਛਿਆ ਕੀ ਗਿਆ ਵਿਚ ਆਰ ਨਾਟ ਕਰੈਕਟਲੀ ਮੈਚਡ ਫਿਰ ਕੈਚ ਹੈ ਕੁਐਸਚਨ ਤੇ ਧਿਆਨ ਆ ਪੜ ਲਿਓ ਇਸਟਾਣ ਹੀ ਪੁੱਛਿਆ ਕਿ ਕਰੈਕਟਲੀ ਮੈਚ ਕਿਹੜੀ ਇਹਨਾਂ ਨੇ ਪੁੱਛਿਆ ਗਿਆ ਨਾਟ ਕਰੈਕਟਲੀ ਮੈਚ ਤੇ ਜੇ ਜਪਾ ਇਹਦੀ ਗੱਲ ਕਰੀਏ ਬੀਰ ਦੁਸਾਂਜ ਪਟਿਆਲਾ ਕਰੈਕਟ ਹੈ ਝੱਜਰ ਬਚੌਲੀ ਰੂਪਨਗਰ ਕਨੈਕਟ ਹੈ ਕਰੈਕਟ ਹੈ ਜੇ ਪਰ ਆਪਾਂ ਦੂਜੀ ਤੇ ਤੀਜੀ ਦੀ ਗੱਲ ਕਰੀਏ ਇਹ ਕਿਹਨੇ ਇਨਕਰੈਕਟ ਹੈ ਕਿਉਂ ਜਿਹੜੀ ਬੀਰ ਅਸ਼ਵਾਨਾ ਉਹ ਸੰਗਰੂਰ ਚ ਹੈ ਤੇ ਕਥਲੌਰ ਕੁਸਲੀਆਂ ਵਾਈਲਡਲਾਈਫ ਸੈਂਚਰੀ ਇੱਥੇ ਨਹੀਂ ਹੈਗੀ ਇਹ ਹੈਗੀ ਪਠਾਨਕੋਟ ਦੇ ਵਿੱਚ ਇਹਦਾ ਮਤਲਬ ਕੀ ਹੈ ਦੋ ਤੇ ਤਿੰਨ ਕਿਹਨੇ ਗਲਤ ਤੇ ਪੇਪਰ ਚ ਪੁੱਛਿਆ ਗਿਆ ਗਿਆ ਕਿਹੜੇ ਗਲਤ ਨੇ ਆ ਨਹੀਂ ਪੁੱਛਿਆ ਗਿਆ ਕਿਹੜੇ ਸਹੀ ਨੇ ਤੇ ਗਲਤ ਕਿਹੜੇ ਨੇ ਬੀ ਆਪਸ਼ਨ 2 ਐਂਡ 3 ਦੇਖੋ ਪੇਪਰ ਚ ਕੁਸ਼ਚਨ ਬਹੁਤ ਸਟੈਟਿਕ ਕਰ ਰਹੇ ਨੇ ਤੁਹਾਡੇ ਸਾਹਮਣੇ ਨੇ ਕਰੰਟ ਐਨਾ ਨਹੀਂ ਪੁੱਛਿਆ ਜਾ ਰਿਹਾ ਬਟ ਜਿਹੜਾ ਕੁਸ਼ਚਨ ਪੁੱਛਿਆ ਜਾ ਰਿਹਾ ਉਸ ਨੂੰ ਉਹਨਾਂ ਨੇ ਕੈਚ ਬਹੁਤ ਤੜਾ ਰਾਇਆ ਪਾਇਆ ਹੈ ਕੈਚ ਕਿ ਤੜਾ ਪਾਇਆ ਪੁੱਛਿਆ ਗਿਆ ਨਾਟ ਮੈਚਡ ਕਰੈਕਟਲੀ ਕਲੀਅਰ ਹੈ ਜੀ ਇੰਨੀ ਗੱਲ ਮੂਵਿੰਗ ਔਨ ਦਾ ਨੈਕਸਟ ਕੁਸ਼ਚਨ ði ਬੈਟਲ ਆਫ ਬਾਲਾਕੋਟ ਵਾਸ ਫੌਟ ਇਨ 1831 ਏਡੀ ਬੀਟਵੀਨ ਦਾ ਫੋਰਸਿਸ ਆਫ ਸਿੱਧੀ ਗੱਲ ਹੈ ਪੰਜਾਬ ਜੀਕੇ ਹਿਸਟਰੀ ਕੁਐਸਚਨ 1831 ਦੇ ਵਿੱਚ ਪੰਜਾਬ ਵਿੱਚ ਰਾਜਾ ਕੌਣ ਸੀਗਾ ਮਹਾਰਾਜਾ ਰਣਜੀਤ ਸਿੰਘ ਕੌਣ ਸੀ ਮਹਾਰਾਜਾ ਰਣਜੀਤ ਸਿੰਘ ਤੇ ਥੋੜਾ ਬੋਤ ਆਈਡੀਆ ਹੋ ਜਾਣਾ ਚਾਹੀਦਾ ਕਿ ਪੰਜਾਬ ਜੀਕੇ ਦੇ ਰਿਲੇਟਡ ਕੁਐਸਚਨ ਹੈ ਕਿ ਇਤਨਾ ਕਿਤਨਾ ਅਨਸਰ 'ਚ ਮਹਾਰਾਜਾ ਰਣਜੀਤ ਸਿੰਘ ਹੋਣਾ ਚਾਹੀਦਾ ਠੀਕ ਹੈ ਜੀ ਤੇ ਜੇ ਆਪਾਂ ਗੱਲ ਕਰੀਏ ਇਸ ਬੈਟਲ ਦੀ 1831 ਦੀ ਇਹਦਾ ਸਹੀ ਆਨਸਰ ਹੈਗਾ ਡੀ ਆਪਸ਼ਨ 댓 ਇਜ਼ ਮਹਾਰਾਜਾ ਰਣਜੀਤ ਸਿੰਘ ਐਂਡ ਸੈਇਦ ਅਹਿਮਦ ਬਰੇਲਵੀ ਮਹਾਰਾਜਾ ਰਣਜੀਤ ਸਿੰਘ ਦਾ ਅੰਪਾਇਰ ਸੀਗਾ ਉਹ ਪਸ਼ਾਵਰ ਵੱਲ ਐਕਸਟੈਂਡ ਕਰਨਾ ਚਾਹੁੰਦੇ ਸਨ ਪਰ ਜਿਹੜਾ ਸੈयद ਅਹਿਮਦ ਬਰੇਲਵੀ ਸੀਗਾ ਉਹ ਇੱਥੇ ਆਪਣੀ ਇੱਕ ਜਿਹਾਦ ਮੂਵਮੈਂਟ ਸਟਾਰਟ ਕਰਨਾ ਚਾਹੁੰਦਾ ਸੀ ਜਿਸ ਕਰਕੇ ਦੋਨਾਂ ਦੀ ਲੜਾਈਆਂ ਹੁੰਦੀਆਂ ਫੌਜਾਂ ਦੀਆਂ 1831 ਦੇ ਵਿੱਚ ਬਾਲਕੋਟ ਦੀ ਲੜਾਈ ਦੇ ਵਿੱਚ ਜਿਹਦੇ ਵਿੱਚ ਜਿੱਤ ਕੀਦੀ ਹੁੰਦੀ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਿਹਦੇ ਕਰਕੇ ਸਹੀ ਆਨਸਰ ਕਿਹਾ ਹੈ ਬੈਟਲ ਆਫ ਬਾਲਕੋਟ ਕਿਹਦੇ ਵਿੱਚ ਲੜੀ ਗਈ ਸੀ ਇਟ ਵਾਸ ਫੌਟ ਬੀਟਵੀਨ ਮਹਾਰਾਜਾ ਰਣਜੀਤ ਸਿੰਘ ਐਂਡ ਸੈयद ਅਹਿਮਦ ਬਰੇਲਵੀ ਕਲੀਅਰ ਹੈ ਜੀ ਇਹ ਨਹੀਂ ਗੱਲ ਚਲੋ ਜੀ ਨੈਕਸਟ ਕੁਐਸਚਨ ਮੈਚ ਦਾ ਫੋਲੋਇੰਗ ਕੁਝ ਅਸੈਂਬਲੀ ਕੌਨਸਟਿਟੂਐਂਸੀਆਂ ਸਾਡੇ ਕੋਲ ਤੇ ਉਹਦੇ ਨਾਲ ਸਾਹਮਣੇ ਡਿਸਟ੍ਰਿਕਟ ਨੇ ਟੋਟਲ ਪੰਜਾਬ ਚ ਕਿੰਨੀਆਂ ਅਸੈਂਬਲੀ ਕੌਨਸਟਿਟੂਐਂਸੀਆਂ ਨੇ 117 ਕਿੰਨੀਆਂ ਨੇ ਜੀ 117 ਨਿਹਾਲ ਸਿੰਘ ਵਾਲਾ ਸ਼ਤਰਾਣਾ ਚੱਬੇਵਾਲ ਤੇ ਦਿਰਬ ਇਹਨਾਂ ਚ ਪੁੱਛਿਆ ਕਿ ਕਰੈਕਟਲੀ ਮੈਚ ਕਰਨਾ ਇਹਦੇ ਨਾਲ ਠੀਕ ਹੈ ਜੀ ਤੇ ਜੇ ਕਿਸੇ ਨੂੰ ਪਤਾ ਹੈ ਜਿਹੜਾ ਪੋਲਿਟਿਕਸ ਇੰਟਰਸਟ ਰੱਖਦਾ ਹੈ ਪੰਜਾਬ ਚ ਉਹਨਾਂ ਨੂੰ ਇਹਨਾਂ ਦੇ ਸਵਾਲ ਪੂਰੇ ਪੱਕੇ ਪਤਾ ਹੋਣੇ ਚਾਹੀਦੇ ਨੇ ਨਿਹਾਲ ਸਿੰਘ ਵਾਲਾ ਮੋਗਾ ਸ਼ਤਰਾਣਾ ਪਟਿਆਲਾ ਚੱਬੇਵਾਲ ਹੁਸ਼ਿਆਰਪੁਰ ਦੜਬ ਸੰਗਰੂਰ ਹੋ ਗਿਆ ਜੀ ਕੰਮ ਸੌਖਾ ਨਿਹਾਲ ਸਿੰਘ ਵਾਲਾ ਕਿਥੇ ਮੋਗਾ ਤੇ ਪੰਜਵਾਂ ਭਲਾ ਬਣਾਏ b ਜਾਂ d ਚਾਪਸ਼ਨ ਹੋਊਗਾ ਛਤਰਾਣਾ ਪਟਿਆਲਾ ਆ ਵੀ ਸਿੱਧਾ ਹੀ ਮੈਚ ਹੋ ਗਿਆ ਪਹਿਲਾਂ ਹੀ ਤਾਂ ਇਸ ਕਰਕੇ d ਆਪਸ਼ਨ ਕਿਹਾ ਹੋਗੀ ਇਨਕਰੈਕਟ ਆਪਸ਼ਨ ਕਿਹੜੀ ਸਹੀ ਹੋਗੀ b ਆਪਸ਼ਨ 댓 ਇਜ਼ 5412 ਠੀਕ ਹੈ ਜੀ ਦੇਖੋ ਕੁਐਸਚਨ ਹੈਗੇ ਨੇ ਪਰ ਫੈਕਚੁਅਲ ਨੇ ਕੋਈ ਟੇਡਾ ਮੇਡਾ ਸਵਾਲ ਨਹੀਂ ਪੁੱਛਿਆ ਜਾ ਰਿਹਾ ਸਾਰੇ ਕੁਐਸਚਨ ਕਿਹੜੇ ਪੁੱਛੇ ਜਾ ਰਹੇ ਨੇ ਫੈਕਚੁਅਲ ਕੋਈ ਐਧਾ ਨਹੀਂ ਕੁਮਾਫਰ ਆ ਕੇ ਪੁੱਛ ਰਹੇ ਨੇ ਸਿੰਪਲ ਜੀ ਚੀਜ਼ ਹੈ ਜੇ ਤੁਹਾਨੂੰ ਨੌਲੇਜ ਪਤਾ ਹੈ ਪੀਪੀਐਸਸੀ ਨੇ ਸਿਲੇਬਸ ਚ ਮੈਂਸ਼ਨ ਕਰ ਰੱਖਿਆ ਕਿ ਪੰਜਾਬ ਦੀ ਜੀਓਗ੍ਰਾਫੀ ਪੁੱਛੂਗੀ ਹਿਸਟਰੀ ਵੀ ਪੁੱਛੂਗੀ ਪੋਲੀਟੀ ਵੀ ਪੁੱਛੂਗੀ এনवायरमेंट ਵੀ ਪੁੱਛੂਗੀ ਇਕਨੋਮਿਕਸ ਵੀ ਪੁੱਛੂਗੀ ਇਸ ਕਰਕੇ ਕਿਸੇ ਚੀਜ਼ ਨੂੰ ਲਾਈਟਲੀ ਨਹੀਂ ਲੈਣਾ ਪੰਜਾਬ ਦੀ ਜੀਕੇ ਬਹੁਤ ਹੀ ਇੰਪੋਰਟੈਂਟ ਹੈ ਜਿੰਨੇ ਬਾਕੀ ਸਬਜੈਕਟਸ ਵੀ ਨੇ ਜੀਐਸ ਦੇ ਜਿਵੇਂ ਆਪਾਂ ਪੋਲੀਟੀ ਦੀ ਗੱਲ ਕਰਦੇ ਹਾਂ ਠੀਕ ਹੈ ਜੀ ਇੰਨੀ ਗੱਲ ਇਸ ਤਰ੍ਹਾਂ ਦੇ ਕੁਐਸਚਨ ਪੇਪਰ ਦੇ ਵਿੱਚ ਪੁੱਛੇ ਜਾ ਰਹੇ ਨੇ ਇਹ ਹੈਗੇ 2013 ਦੇ ਨੈਕਸਟ ਕੁਐਸਚਨ ਚਲੋ ਜੀ ਨੈਕਸ पहली स्टेटमेंट पढ़ते हैं एच एम ई एल इज़ डिवेलपिंग तलवंडी साबो थर्मल पावर प्लांट सूँ पता कि तलवंडी साबो थर्मल पावर प्लांट बन रहा है ठीक है दो हज़ार तेरह का क्वेश्चन है उस टाइम में बन रहा है ठीक है सैकेंड एल एंड टी पावर डिवेल्पमेंट लिमिटेड इज डिवेल्पिंग राजपुरा थर्मल पावर प्लांट थर्ड फ्यूल सप्लाई फॉर राजपुरा थर्मल पावर प्लांट विल बी गिवन बाय महानदी कोलफील्ड्स लिमिटेड वेर एज फॉर तलवंडी साबो थर्मल पावर प्लांट इट विल बी गिवन बाय साउथ ईस्टर्न कोल फील्ड्स लिमिटेड ਵਿਚ ਆਫ ਦਾ ਫਾਲੋਇੰਗ ਮੈਂਸ਼ਨ ਇਜ਼ অর ਆਰ ਕਰੈਕਟ ਬਹੁਤ ਡਿਫਿਕਲਟ ਕੁਐਸਚਨ ਲੱਗ ਰਿਹਾ ਦੇਖਣ ਨੂੰ ਹਨਾ ਬਟ ਇੱਕ ਗੱਲ ਹੈ ਇਹ ਉਸ ਟਾਈਮ ਕਰੰਟ ਨਿਊਜ਼ ਚ ਸੀਗਾ ਇਹ ਚੀਜ਼ ਬਸ ਮੇਰੀ ਪੱਲੇ ਬੰਨ ਲਿਓ ਇਹ ਉਸ ਟਾਈਮ ਕੀ ਸੀਗਾ ਕਰੰਟ ਨਿਊਜ਼ ਚ ਸੀਗਾ ਇਹਦਾ ਮਤਲਬ ਕੀ ਹੈ ਜੇ ਆਪਾਂ ਪੰਜਾਬ ਦੀ ਤਿਆਰੀ ਕਰ ਰਹੇ ਹਾਂ ਕਰੰਟ ਵੀ ਪੜਨਾ ਉਹਨਾਂ ਵੀ ਜ਼ਰੂਰੀ ਹੈ ਠੀਕ ਹੈ ਜੀ ਜੇ ਤੁਸੀਂ ਸਾਡੇ ਨਾਲ ਅਟੈਚ ਹੁੰਨੇ ਹੋ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਕਰੰਟ ਅਫੇਅਰਸ ਅਸੀਂ ਕਿਸ ਤਰੀਕੇ ਨਾਲ ਕੰਪਰੀਹੈਂਸਿਵ ਕਵਰੇਜ ਕਰਾਉਂਦੇ ਹਾਂ ਫਿਰ ਇਹ ਜੇ ਕੁਐਸਚਨ ਪੇਪਰ ਚ ਨਹੀਂ ਰਹਿ ਸਕਦੇ ਜਿਹੜਾ ਕਿ ਹੁਣ ਰਹਿ ਸਕਦਾ ਕਿਉਂਕਿ ਪੇਪਰ ਚ ਕੁਸ਼ਣ ਨਹੀਂ ਕਿਹੜਾ ਹੈਗਾ ਟਫ ਹੈਗਾ ਇਹ ਕੁਸ਼ਣ ਕਿਹਾ ਹੈ ਟਫ ਹੈ ਪਰ ਇਹਨੂੰ ਈਜ਼ੀ ਕਿਵੇਂ ਬਿੱਟਾ ਜਾ ਸਕਦਾ ਜੇ ਅਸੀਂ ਰੈਗੂਲਰ ਅਪਡੇਟਡਾਂ ਕਰੰਟ ਅਫੇਅਰਸ ਨਾਲ ਠੀਕ ਹੈ ਉਹ ਗੱਲ ਬਾਅਦ ਚੋ ਇਹਦਾ ਆਨਸਰ ਚੈੱਕ ਕਰਦੇ ਹਾਂ ਕਹਿੰਦੇ ਤਲਵੰਡੀ ਸਾਬੂ ਥਰਮਲ ਪਾਵਰ ਪਲਾਂਟ ਹੈਗਾ ਬਿਲਕੁਲ ਠੀਕ ਹੈ ਜੀ ਹੈਗਾ ਪਰ ਇਹਨੂੰ ਐਚ ਐਮ ਐਲ ਕੰਪਨੀ ਨਹੀਂ ਬਣਾ ਰਹੀ ਇਹਨੂੰ ਬਣਾ ਰਹੀ ਹੈ ਵਿਦਾਂਤਾ ਕੰਪਨੀ ਕੌਣ ਬਣਾ ਰਹੀ ਹੈ ਜੀ ਵਿਦਾਂਤਾ ਕੰਪਨੀ ਤਾਂ ਪਹਿਲੀ ਸਟੇਟਮੈਂਟ ਕੀ ਹੋਗੀ ਕਰੈਕਟ ਇਨਕਰੈਕਟ ਸੌਰੀ ਠੀਕ ਹੈ ਜੀ ਐਲ ਐਨ ਡੀ ਪਾਵਰ ਡਿਵੈਲ ਬਿਲਕੁਲ கரੈਕਟ ਹੈ ਜੀ ਇਹਨੂੰ ਕਿੰਨੇ ਡਿਵੈਲਪ ਕੀਤਾ ਰਾਜਪੁਰਾ ਵਾਲੇ ਨੂੰ ਐਲ ਐਨ ਟੀ ਕੰਪਨੀ ਨੇ ਬਿਲਕੁਲ கரੈਕਟ ਹੈ ਥਰਡ ਸਟੇਟਮੈਂਟ ਫਿਊਲ ਸਪਲਾਈ ਫॉर ਰਾਜਪੁਰਾ ਥਰਮਲ ਪਲੈਂਟ ਵਿਲ ਬੀ ਗਿਵਨ ਬਾਈ ਮਹਾਨਦੀ ਕੋਲ ਫੀਲਡਸ ਏਟ ਇਸ ਗਲਤ ਹੈ ਇਹਨਾਂ ਨੇ ਇੱਥੇ ਬਸ ਕਨਫਿਊਜ਼ ਕਰਨ ਨੂੰ ਕੀ ਕੀਤਾ ਇਹ ਮਹਾਨਦੀ ਨੂੰ ਇੰਟਰਚੇਂਜ ਕਰਤਾ ਕਿਹਦੇ ਨਾਲ ਸਾਊਥ-ਈਸਟਰਨ ਕੋਲ ਫੀਲਡਸ ਨਾਲ ਇੱਥੇ ਨਾਲ ਚਾਹੀਦੇ ਸਾਊਥ-ਈਸਟਰਨ ਕੋਲ ਫੀਲਡਸ ਤੇ ਤਲਵੰਡੀ ਸਾਬੋਂ ਨੂੰ ਕਿੱਥੋਂ ਮਿਲ ਰਹੀ ਹੈ ਫਿਊਲ ਸਪਲਾਈ ਮਹਾਨਦੀ ਕੋਲ ਫੀਲਡਸ ਦੇ ਕੋਲੋਂ ਇਹਦਾ ਮਤਲਬ ਕੀ ਹੋਇਆ ਤੀਜੀ ਸਟੇਟ ਜਿਹੜੀ ਸਟੇਟਮੈਂਟ ਸਹੀ ਹੈ only 2 ਹੁਣ ਦੇਖੋ ਸਵਾਲ ਤੁਹਾਨੂੰ ਦੇਖਣ ਨੂੰ ਔਖਾ ਲੱਗ ਰਿਹਾ ਸੀਗਾ ਪਰ ਜੇ ਕਰੰਟ ਪੜ ਰੱਖਿਆ ਹੈ ਚੱਜ ਦੇ ਇੰਸਟੀਟਿਊਟ ਚ ਤਿਆਰੀ ਕਰ ਰੱਖੀ ਹੈ ਫਿਰ ਇਹ ਚੀਜ਼ਾਂ ਨਹੀਂ ਰਹਿੰਦੀਆਂ ਕਲੀਅਰ ਹੈ ਜੀ ਇੰਨੀ ਗੱਲ ਨੈਕਸਟ ਕੁਐਸਚਨ ਅਰੇਂਜ ਦਾ ਫੋਲੋਇੰਗ ਪਲੇਸਿਸ ਆਫ ਪੰਜਾਬ ਵਿਦ ਰਿਸਪੈਕਟ ਟੂ देयर ਲੋਕੇਸ਼ਨਸ ਫਰਮ ਸਾਊਥ ਟੂ ਨਾਰਥ ਇੱਕ ਚੀਜ਼ ਪੱਲੇ ਬੰਨ ਲਓ ਪੰਜਾਬ ਦਾ ਮੈਪ ਠੀਕ ਹੈ ਜਿਹੜਾ ਟ੍ਰਾਇੰਗਲ ਸ਼ੇਪ ਆਪਾਂ ਕਹਿ ਦਿੰਨੇ ਆ ਬਹੁਤ ਇੰਪੋਰਟੈਂਟ ਉਦੇ ਵਿੱਚ ਅਕਸਰ ਆਪਾਂ ਦੇਖਦੇ ਆ ਕਿ ਕੁਐਸਚਨ ਪੁੱਛਿਆ ਜਾਂਦਾ ਕਿ ਪਲੇਸਿਸ ਨੂੰ ਨੌਰਥ ਟੂ ਸਾਊਥ ਅਰੇਂਜ ਕਰੋ ਜਾਂ ਸਾਊਥ ਟੂ ਨੌਰਥ ਅਰੇਂਜ ਕਰੋ ਜਾਂ ਵੈਸਟ ਟੂ ਈਸਟ ਅਰੇਂਜ ਕਰੋ ਜਾਂ ਈਸਟ ਟੂ ਵੈਸਟ ਅਰੇਂਜ ਕਰੋ ਇਹ ਜੇ ਕੁਐਸਚਨ ਐਨੇ ਪੁੱਛੇ ਜਾਂਦੇ ਨੇ ਤੇ ਇਸ ਕਰਕੇ ਤੁਹਾਨੂੰ ਮੈਪ ਦੇ ਵਿੱਚ ਨਾ ਇੰਪੋਰਟੈਂਟ ਇੰਪੋਰਟੈਂਟ ਜਗ੍ਹਾ ਪਤਾ ਹੋਣੀ ਚਾਹੀਦੀਆਂ ਨੇ ਪਹਿਲਾਂ ਤਾਂ ਡਿਸਟ੍ਰਿਕਟ ਪਤਾ ਹੋਣੀ ਚਾਹੀਦੀਆਂ ਤੇ ਉਹਨਾਂ ਦੀ ਤਹਿਸੀਲਾਂ ਵੀ ਪਤਾ ਹੋਣੀ ਚਾਹੀਦੀਆਂ ਨੇ ਕਿਉਂਕਿ ਕੁਐਸਚਨ ਤਹਿਸੀਲਾਂ ਚੋਂ ਪੁੱਛੇ ਜਾਂਦੇ ਨੇ ਜੇ ਤੁਹਾਨੂੰ ਮੈਪ ਦਾ ਨਕਸ਼ਾ ਪੂਰੀ ਤਰੀਕੇ ਨਾਲ ਆਉਂਦਾ ਸਰਦੂਲਗੜ ਮਾਨਸਾ ਸਭ ਤੋਂ ਥੱਲੇ ਵਾਲੀ ਜਗ੍ਹਾ ਹੈ ਤੇ ਪਹਿਲਾ ਆਪਸ਼ਨ ਸਟਾਰਟ ਹੀ ਕਿੱਥੋਂ ਹੋਊਗਾ 3 ਤੋਂ ਆਪਾਂ ਜਾਣਾ ਕਿੱਥੇ ਹੈ ਸਾਊਥ ਟੂ ਨਾਰਥ ਕਿੱਥੇ ਜਾਣਾ ਜੀ ਸਾਊਥ ਟੂ ਨਾਰਥ ਤਾਂ ਪਹਿਲਾ ਕਿਹੜਾ ਹੋਏਗਾ ਸਰਦੂਲਗੜ ਦੂਜਾ ਮੋੜ ਮੋੜ ਮੰਡੀ ਬਠਿੰਡਾ 3 1 ਨੈਕਸਟ ਥੋੜੀ ਉੱਪਰ ਚੱਲ ਜਿਓ ਨੇ ਹਾਲ ਸਿੰਘਾ ਵਾਲਾ 4 ਤਿੰਨ ਇੱਕ ਚਾਰ ਕਿਤੇ ਦਿਖ ਰਿਹਾ ਐਥੇ ਦਿਖ ਰਿਹਾ ਐਥੇ ਦਿਖ ਰਿਹਾ ਪਰ ਸਹੀ ਆਨਸਰ ਲੇ ਪਤਾ ਨਹੀਂ ਹੈਗਾ ਹਨਾ ਨੈਕਸਟ ਆਜੋ ਕਾਦੀਆਂ ਤੇ ਕੰਜਲੀ ਰਹਿ ਗਿਆ ਕੰਜਲੀ ਹੈਗਾ ਜੀ ਕਪੂਰ ਥਲੇ ਕਾਦੀਆਂ ਹੈਗਾ ਜੀ ਗੁਰਦਾਸਪੁਰ ਤੇ ਪਹਿਲਾ ਕਿਹੜਾ ਆਊਗਾ ਕੰਜਲੀ ਫੇਰ ਕਾਦੀਆਂ 댓 ਇਜ਼ 31452 ਕਲੀਅਰ ਹੈ ਜੀ ਇੰਨੀ ਗੱਲ ਦੇਖੋ ਕੁਐਸਚਨ ਨਾ ਜੀ ਕੇ ਦੇ ਐ ਲੱਗਦੇ ਨੇ ਕਿ ਬਹੁਤ ਟਫ ਨੇ ਬਹੁਤ ਔਖੇ ਨੇ ਬਟ ਜੇ ਬਾਈ ਹਾਰਟ ਮੈਪ ਤੁਸੀਂ ਯਾਦ ਕਰ ਰੱਖਿਆ ਇਹ ਜੇ ਕੁਐਸਚਨ ਫੇਰ ਕਿਤੇ ਗਲਤ ਨਹੀਂ ਹੋ ਸਕਦੇ ਇਹਨਾਂ ਦੇ ਸਿੱਧਾ ਟਿਕ ਵੱਜਦੀ ਹੈ ਤੇ ਨੰਬਰ ਵੀ ਪੂਰੇ 2 ਮਿਲ ਜਾਂਦੇ ਨੇ ਕਲੀਅਰ ਹੈ ਜੀ ਇੰਨੀ ਗੱਲ ਨੈਕਸਟ ਕੁਐਸਚਨ on the basis of census 2011 arrange the following districts of punjab with respect to their population in the increasing order question kya puchha gaya hai ki sanu census de base te utte dasna hai ki increasing order de vich population kya hai choose the correct code census de questions hain bahut zyada puchhe jande ne jivein 2011 de vich census hoya siga us de base te bahut zyada question puchhe aunde ne ede vich koi science ta hai ni sidha is te kya ratta hai te answer kya hai da b option dekho 2013 jede bhi question ap padhe ne sare factual aaye ne ਪਹਿਲੀ ਚੀਜ਼ ਯਾਦ ਰੱਖੋ ਕੁਸ਼ਣ ਜ਼ਿਆਦਾਤਰ ਕਿਹੜੇ ਆਏ ਨੇ ਫੈਕਚੁਅਲ ਇੱਕ ਕਰੰਟ ਦਾ ਕੁਸ਼ਣ ਦੇਖਿਆ ਬਾਕੀ ਉਹਨਾਂ ਨੇ ਹਰ ਐਸਪੈਕਟ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਇਨ ਜੀਓਗ੍ਰਾਫੀ ਤੋਂ ਲੈ ਕੇ এনवायरमेंट ਤੋਂ ਲੈ ਕੇ ਠੀਕ ਹੈ ਮੈਪਸ ਤੋਂ ਲੈ ਕੇ ਸੈਂਸਸ ਤੋਂ ਲੈ ਕੇ ਜਨਰਲ ਨੋਲੇਜ ਤੋਂ ਲੈ ਕੇ ਇੱਕ ਇੱਕ ਐਸਪੈਕਟ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਲੀਅਰ ਹੈ ਜੀ ਇੰਨੀ ਗੱਲ ਚਲੋ ਜੀ ਹੁਣ ਦੇਖਦੇ ਆ ਪੀਸੀਐਸ 2015 ਦੇ ਵਿੱਚ ਪੰਜਾਬ ਜੀਕੇ ਦੇ ਰਿਲੇਟਡ ਕਿਹੜੇ-ਕਿਹੜੇ ਸਵਾਲ ਜਵਾਬ ਆਏ ਸੀਗੇ ਕਲੀਅਰ ਹੈ ਜੀ ਡਰਨਾ ਨਹੀਂ ਹੈਗਾ ਅਸੀਂ ਪਹਿਲਾ ਕੁਐਸਚਨ ਬਹੁਤ ਸੌਖਾ ਸਿੱਧਾ ਕੁਐਸਚਨ ਆ ਗਿਆ ਜੀ ਬਗਲੀ ਹਾਰ ਪ੍ਰੋਜੈਕਟ ਕਹਿੰਦਾ ਕਿਹੜੇ ਰਿਵਰ ਦੇ ਉੱਤੇ ਹੈ ਚਨਾਬ ਜੇਲਮ ਇੰਡਸ ਸਤਲੁਜ ਗੰਗਾ ਸਿੱਧਾ ਜਵਾਬ ਚਨਾਬ ਕੋਈ ਇਸਟ ਹੈ ਨਹੀਂ ਕੋਈ ਐਡਾ ਤੇ ਐਡਾ ਜਾਣ ਦੀ ਕੋਈ ਲੋੜ ਹੈ ਨਹੀਂ ਸਿੱਧਾ ਆਨਸਰ ਕੀ ਹੈ ਚਨਾਬ ਕਿਉਂਕਿ ਸਿੱਧਾ ਕਿ ਹੈ ਫੈਕਚੁਅਲ ਕੁਐਸਚਨ ਹੈ ਸਿੱਧਾ ਕਿਹਾ ਹੈ ਫੈਕਚੁਅਲ ਕੁਐਸਚਨ ਇਹਦੇ ਵਿੱਚ ਆਪਾਂ ਨੂੰ ਕੋਈ ਮੱਥਾ ਮਾਰਨ ਦੀ ਲੋੜ ਨਹੀਂ ਜੀਓਗ੍ਰਾਫੀ ਪੜ੍ਹੀ ਹੋਈ ਹੈ ਤਾਂ ਇਹ ਕੁਐਸਚਨ इजीली ਅਟੈਂਪਟ ਹੋ ਜਾਊਗਾ ਨੈਕਸਟ ਨੈਕਸਟ ਕੁਐਸਚਨ ਵਿਚ ਆਫ ਦ ਫੋਲੋਇੰਗ ਵਾਸ ਨਾਟ ਅਟੈਕਡ ਬਾਈ ਬਾਬ ਵਿਚ ਆਫ ਦਾ ਫੋਲੋਇੰਗ ਵਾਸ ਨਾਟ ਅਟੈਕਡ ਬਾਈ ਬਾਬਾ ਬੰਦਾ ਸਿੰਘ ਬਹਾਦਰ ਚਾਰ ਆਪਸ਼ਨਾਂ ਹੈ ਜੀ ਕੈਥਲ ਸਮਾਣਾ ਬਲਾਸਪੁਰ ਤੇ ਲਾਹੌਰ ਅਗੇਨ ਜੀਕੇ ਦਾ ਕੁਐਸਚਨ ਹੈ ਪੰਜਾਬ ਦੀ ਹਿਸਟਰੀ ਚੋਂ ਤੇ ਦਾ ਸਿੱਧਾ ਆਨਸਰ ਕੀ ਹੈ ਡੀ ਲਾਹੌਰ ਫੈਕਚੁਅਲ ਸਿੰਪਲ ਕੁਐਸਚਨਸ ਆ ਰਹੇ ਨੇ ਪੇਪਰ ਦੇ ਵਿੱਚ ਕੋਈ ਹਾਈ ਨਹੀਂ ਜੀ ਘੁਮਾ ਫਿਰ ਆ ਕੇ ਪੁੱਛ ਹੀ ਨਹੀਂ ਰਹੇ ਸਿੱਧੇ ਕਿਹੜੇ ਕੁਐਸਚਨ ਨੇ ਫੈਕਚੁਅਲ ਕੁਐਸਚਨ ਨੇ ਨੈਕਸਟ ਕੁਐਸਚਨ ਵਿਚ ਇਜ਼ ਨਾਟ ਕਰੈਕਟਲੀ ਮੈਚਡ ਹੁਣ ਧਿਆਨ ਨਾਲ ਦੇਖੋ ਇਹ ਜਿਹੜੀਆਂ ਚਾਰ ਲਿਖਿਆ ਹੋਈਆਂ ਸ਼ੁਕਰਚੱਕੀਆਂ ਨਿਸ਼ਾਂ ਵਾਲਿਆਂ ਭੰਗੀ ਨਿਕਾਈ ਇਹ ਸਭ ਕੀ ਨੇ ਮਿਸਲਾਂ ਨੇ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਰਾਜ ਇਕੱਠਾ ਕਰਨ ਤੋਂ ਪਹਿਲਾਂ ਪੰਜਾਬ 12 ਮਿਸਲਾਂ ਚ ਵੰਡਿਆ ਗਿਆ ਸੀ ਜਿਹਨੂੰ ਆਪਾਂ ਕਹਿੰਦੇ ਆ ਕਨਫੈਡਰੇਸ਼ਨ ਕੀ ਕਹਿੰਦੇ ਆ ਕਨਫੈਡਰੇਸ਼ਨ ਪੰਜਾਬ 12 ਮਿਸਲਾਂ ਚ ਵੰਡਿਆ ਗਿਆ ਸੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਕੁਝ ਲੀਡਰਸ ਦੇ ਨਾਂ ਨੇ ਤੇ ਇਹਨਾਂ ਚੋਂ ਦੱਸਣਾ ਕਿਹੜਾ ਕਰੈਕਟਲੀ ਮੈਚ ਨਹੀਂ ਹੈਗਾ ਸ਼ੁਕਰਚੱਕੀਆਂ ਦਾ ਨਾਂ ਨੌਦ ਸਿੰਘ ਨਾਲ ਜੁੜਦਾ ਜੀ ਪੱਕਾ ਜੁੜਦਾ ਜੀ ਨਿਸ਼ਾਂ ਵਾਲਿਆਂ ਦਾ ਦਸੌਂਦਾ ਸਿੰਘ ਨਾਲ ਜੁੜਦਾ ਜੁੜਦਾ ਜੀ ਇਹ ਤਾਂ ਇਹਨਾਂ ਦੇ ਫਾਊਂਡਰ ਵੀ ਰਹਿ ਚੁਕੇ ਨੇ ਪੰਗੀ ਹਰੀ ਸਿੰਘ ਇਹ ਵੀ ਇਹਨਾਂ ਦੇ ਫਾਊਂਡਰ ਰਹ ਚੁੱਕੇ ਨੇ ਬਟ ਨਕਾਈ ਸਿੰਘ ਦਾ ਨਾਂ ਜੈ ਸਿੰਘ ਦੇ ਨਾਲ ਨਹੀਂ ਜੁੜਦਾ ਇਸ ਕਰਕੇ ਆਪਸ਼ਨ کیا ਹੈ ਗਲਤ ਸਾਡਾ ਆਨਸਰ ਵੀ کیا ਹੋ ਗਿਆ ਡੀ ਆਪਸ਼ਨ दैट इज ਨਕਾਈ ਮਿਸਲ ਮਿਸਲ ਦੇ ਇੰਗਲਿਸ਼ ਕੀ ਕਹਿੰਦੇ ਨੇ ਕਨਫੈਡਰੇਸ਼ਨ ਜਿਵੇਂ ਮਰਾਠਾ ਕਨਫੈਡਰੇਸੀ ਸੀ ਉਸੇ ਤਰੀਕੇ ਨਾਲ ਪੰਜਾਬ ਵੀ ਕਨਫੈਡਰੇਸੀ ਸੀਗੀ ਬਿਫੋਰ ਮਹਾਰਾਜਾ ਰਣਜੀਤ ਸਿੰਘ ਜੁਆਇੰਡ 올 ਦਾ 12 ਮਿਸਲਸ ਕਲੀਅਰ ਹੈ ਜੀ ਇੰਨੀ ਗੱਲ ਨੈਕਸਟ ਕੁਐਸਚਨ given below are the four important events from sikh history fair history jo question aa gaya ji char events ne sidhe sidhe question ne chhota kallu kara mai year hi likh denna hai 1746 execution of bhai mani singh 1738 vadda kallu kara 1762 malir kotla execution of baba banda singh bhadur 1716 kya band hai ji 4 2 1 3 option b ਕਿਆ ਜੀ ਇਸ ਕੁਐਸਚਨ ਚ ਕੁਝ ਵੀ ਨਹੀਂ ਹੈਗਾ ਸੌਖਾ ਜਿਹਾ ਕੁਐਸਚਨ ਹੈ ਹਿਸਟਰੀ ਦਾ ਕੁਐਸਚਨ ਹੈ ਜੇ ਤੁਸੀਂ ਪੜ੍ਹ ਰੱਖੀ ਹੈ ਇਹ ਚੀਜ਼ਾਂ ਕਿਆ ਨੇ ਬੱਚਿਆਂ ਦੀ ਖੇਡ ਹੈ ਕਿਆ ਨੇ ਬੱਚਿਆਂ ਦੀ ਖੇਡਾਂ ਨੇ ਜੇ ਤੁਸੀਂ ਚੱਜ ਨਾਲ ਪੜ੍ਹ ਰੱਖੀ ਹੈ ਦੀ ਤਿਆਰੀ ਕਲੀਅਰ ਹੈ ਜੀ ਨੈਕਸਟ ਕੁਐਸਚਨ ጊਵਨ ਬਿਲੋ ਆਰ ਦਾ ਨੇਮਸ ਆਫ 4 ਸਿਟੀਜ਼ ਆਫ ਪੰਜਾਬ ਫਿਰ ਆ ਗਿਆ ਜੀ ਕੁਐਸਚਨ ਉਹੀ ਜਿਹੜਾ ਦੱਸਿਆ ਸੀਗਾ ਕਿ ਅਰੇਂਜਮੈਂਟ ਬੇਸ ਕੁਐਸਚਨ ਆ ਜਾਂਦੇ ਨੇ ਪੰਜਾਬ ਦੀ ਜੀਓਗ੍ਰਾਫੀ ਨੂੰ ਲੈ ਕੇ ਇਸ ਕਰਕੇ ਮੈਪ ਰੱਟਾ ਹੋਣਾ ਚਾਹੀਦਾ ਤੁਹਾਨੂੰ ਕਿਿਸ ਪਾਸੇ ਕਿਹੜਾ ਡਿਸਟ੍ਰਿਕਟ ਪੈਂਦੀ ਹੈ ਉਹਦਾ ਬਾਰਡਰ ਕਿਹਦੇ ਕਿਹਦੇ ਨਾਲ ਟੱਚ ਹੁੰਦਾ ਹੈ ਇਹ ਤਾਂ ਬਾਈ ਹਾਰਟ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਕਲੀਅਰ ਹੈ ਜੀ ਇੰਨੀ ਗੱਲ ਕੁਐਸਚਨ ਇਹਨਾਂ ਨੂੰ ਸੀਕੁਐਂਸ ਵਾਈਜ਼ ਅਰੇਂਜ ਕਰੋ ਤੇ ਮੈਂ ਇੱਦਾਂ ਹੀ ਲਿਖ ਦੇਣਾ ਜੀ ਮੁਕਸਰ ਮੋਗਾ ਮਾਨਸਾ ਮਲੇਰ ਕੋਟਲਾ ਚਾਰੋਂ ਐਮ ਤੋਂ ਸਟਾਰਟ ਹੋ ਰਹੇ ਨੇ অপਸ਼ਨ ਟਿਕ 1 2 3 4 ਇਹ ਕੁਐਸਚਨ ਦੇਖੋ ਸੌਖੇ ਨੇ ਡਰਨਾ ਨਹੀਂ ਹੈਗਾ ਇਹਨਾਂ ਕੁਐਸਚਨਾਂ ਦਾ ਘਬਰਾਉਣਾ ਨਹੀਂ ਹੈਗਾ ਪਰ ਤਿਆਰੀ ਜੇ ਚੰਗੀ ਨਾਲ ਕੀਤੀ ਹੋਈਗੀ ਫਿਰ ਉਹ ਬੱਚਾ ਕਦੇ ਨਹੀਂ ਘਬਰਾ ਸਕਦਾ ਉਹਦੇ ਲਈ ਬੱਚਿਆਂ ਦੀ ਖੇਡ ਹੈ ਕਲੀਅਰ ਹੈ ਜੀ ਨੈਕਸਟ ਕੁਐਸਚਨ ਹੂ ਇੰਟਰੋਡਿਊਸ ਫਰੀ ਵਰਸ ਇਨ ਪੰਜਾਬੀ ਲਿਟਰੇਚਰ ਫਰੀ ਵਰਸ ਉਹ ਪੋਇਟਰੀ ਹੁੰਦੀ ਹੈ ਜਿਹਦੇ ਵਿੱਚ ਕੋਈ ਰਿਦਮ ਨਹੀਂ ਹੁੰਦਾ ਉਹਨੂੰ ਆਪਾਂ ਕਿਆ ਕਹਿੰਦੇ ਫਰੀ ਵਰਸ ਕਹਿੰਦੇ ਆਗੇਨ ਸਾਡੇ ਕਲਚਰ ਤੋਂ ਰਿਲੇਟਡ ਕੁਐਸਚਨ ਆਇਆ ਹੈ ਕਿਸ ਦੇ ਰਿਲੇਟਡ ਕੁਐਸਚਨ ਹੈ ਕਲਚਰ ਦੇ ਰਿਲੇਟਡ ਤੇ ਜਿੰਨੇ ਸਿੰਪਲ ਪੜ੍ਹ ਰੱਖਿਆ ਅੱਛੀ ਤਿਆਰੀ ਕਰ ਰੱਖੀ ਹੈ ਉਹਦੇ ਲਈ ਆਨਸਰ ਕਿਆ ਹੈ ਪ੍ਰੋਫੈਸਰ ਪੂਰਨ ਸਿੰਘ ਕਿਆ ਨਾਮ ਹੈ ਜੀ ਪ੍ਰੋਫੈਸਰ ਪੂਰਨ ਸਿੰਘ ਜਿਨ੍ਹਾਂ ਨੇ ਪੰਜਾਬੀ ਲਿਟਰੇਚਰ ਚ ਫ੍ਰੀ ਵਰਸ ਨੂੰ ਇੰਟਰੋਡਿਊਸ ਕਰਿਆ ਸੀਗਾ ਕਲੀਅਰ ਹੈ ਜੀ ਨੈਕਸਟ ਕੁਐਸਚਨ ਦੇਖੋ ਡੈਸ਼ ਡੈਮ ਇਜ਼ ਬਿਲਟ ਔਨ ਬਿਆਸ ਰਿਵਰ ਹੁਣੇ ਪੜ੍ਹ ਕੇ ਆਇਆ ਜੀ ਬਿਆਸ ਦੇ ਉੱਤੇ ਦੇਖ ਲੋ ਕਿੰਨੇ ਕੁਐਸ਼ਨ ਪੁੱਛੇ ਜਾ ਰਹੇ دریاਵਾਂ ਦੇ ਉੱਤੇ ਤਾਂ ਦਰਿਆ ਆ ਸਾਰੇ ਸਾਡੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਸਟੈਟਿਕ ਪੋਰਸ਼ਨ ਨੂੰ ਵੀ ਲੈ ਕੇ ਤੇ ਕਰੰਟ ਪੋਰਸ਼ਨ ਨੂੰ ਵੀ ਲੈ ਕੇ ਜਿਹੜੀ ਵੀ ਚੀਜ਼ਾਂ ਪੁੱਛਿਆ ਜਾਂਦੀਆਂ ਨੇ ਪੇਪਰ 'ਚ ਆਈਆਂ ਨੇ ਸਾਰੀ ਪੜ੍ਹ ਲਓ ਜੇ ਕੋਈ ਨਾ ਡੈਮ ਵੀ ਬਣ ਰਿਹਾ ਹੈ ਜਾਂ ਨਿਊਜ਼ 'ਚ ਰਿਹਾ ਹੋਵੇ ਉਹਨੂੰ ਜ਼ਰੂਰ ਉਹਦੇ ਬਾਰੇ ਜ਼ਰੂਰ ਨਾ ਜ਼ਰੂਰ ਕੁਐਸ਼ਨ ਪੁੱਛਿਆ ਜਾ ਸਕਦਾ ਹੈ ਕਲੀਅਰ ਹੈ ਜੀ ਹੁਣੇ ਪੜ੍ਹ ਕੇ ਚੁੱਕੇ ਸੀ ਪੰਡੋ ਤੇ ਪੌਂਗ ਆਨਸਰ ਕਹੇ ਪੌਂਗ ਕੁਐਸ਼ਨ ਰਿਪੀਟ ਹੋ ਗਿਆ ਜੀ ਪੇਪਰ 'ਚ 13 ਦਾ ਕੁਐਸ਼ਨ 15 'ਚ ਰਿਪੀਟ ਹੋ ਗਿਆ ਇਸ ਲਈ ਅਸੀਂ ਕਹਿੰਦੇ ਹਾਂ ਪ੍ਰੀ प्रीवियस ईयर अगर चजना पढ़े हुए ने हैं क्वेश्चन कथे नहीं रेंगे क्लीयर है जी नैक्सट डैश डिस्ट्रिक्ट ऑफ पंजाब एज द हाईएसट फीमेल लिटरेसी रेट सिंपल है जी सेंसस के अकॉर्डिंगली दो हज़ार ग्यारह मेल लिटरेसी रेट फीमेल लिटरेसी रेट आंसर क्या है हुशियारपुर लास्ट तेरह भी सेंसस तो एक क्वेश्चन आया पंद्रह चौंह सेंसस तो क्वेश्चन पूछ लिया आंसर क्या है हुशियारपुर ईजी क्वेश्चन नैक्सट which of the following canals were constructed as a part of the triple canal project that began in 1905 ek 1905 ch punjab de pwd department ne triple canal project chalaya si eh bada mushkil sawal hai main kahunga ye mushkil hi sawal hai kyunki bahut jagah tonu hi dekhan se ohna nu nahi milega theek hai par je achhe asi padh rakheya ta ye zarur ho jayega project ta announce karta si ji 1905 par ye commissioned kad hoyi si 1917 de vich eda main direct answer das dena 2 3 4 दैट इज अपर चेलमक नाल अपर चनाब लोअर बारी दोआब कनाल ਤੇ ਸਹੀ ਆਨਸਰ ਕੀ ਹੈ 2 3 एंड 4 ਇਹਨੂੰ ਅਸੀਂ ਡਿਫਿਕਲਟ ਕੁਐਸਚਨ ਦੀ ਕ੍ਰਾਈਟੇਰੀਆ ਚ ਪਾ ਸਕਦੇ ਹਾਂ ਕਲੀਅਰ ਹੈ ਜੀ ਨੈਕਸਟ ਕੁਐਸਚਨ ਵਿਚ ਆਫ द फॉलोइंग वर ਐਸੋਸੀਏਟਡ ਵਿਦ ਪੈਜ਼ੈਂਟ ਮੂਵਮੈਂਟ ਇਨ ਪੰਜਾਬ ਜਿਹੜੀ ਕਿਸਾਨਾਂ ਦੀ ਇੱਥੇ ਮੂਵਮੈਂਟ ਚੱਲੀਆਂ ਨੇ ਪੰਜਾਬ ਚ ਉਹਨਾਂ ਦੇ ਰਿਲੇਟਡ ਚਾਰ ਬੰਦਿਆਂ ਦੇ ਨਾਂ ਦਿੱਤੇ ਨੇ ਤੇ ਸਾਨੂੰ ਦੱਸਣਾ ਕਿ ਕਿਹੜਾ ਕਿਹੜਾ ਐਸੋਸੀਏਟਡ ਹੈ ਜੇ ਤੁਸੀਂ ਟੌਪਿਕ ਪੜ੍ਹ ਰੱਖਿਆ ਪੈਜ਼ੈਂਟ ਮੂਵਮੈਂਟ ਇਨ ਪੰਜਾਬ ਜਿਹੜਾ ਕੁਐਸਚਨ ਕਿਸ ਤੋਂ ਮੰਦਾ ਹੈ ਹਿਸਟਰੀ ਚੋਂ ਤਾਂ ਆਨਸਰ ਕਿ ਟਿਕ ਕਰ ਦੋਗੇ ਜੀ 올 ਆਫ द ਅ ਕਿਉਂਕਿ ਬਾਬਾ ਸੋਹਨ ਸਿੰਘ ਬਾਬਾ ਰੂੜ ਸਿੰਘ ਤੇਜਾ ਸਿੰਘ ਸੁਤੰਤਰ ਤੇ ਵਧਵਾ ਰਾਮ ਸਾਰੇ ਦੇ ਸਾਰੇ ਰਿਲੇਟਡ ਸੀਗੇ ਕਿਹਦੇ ਨਾਲ ਪੈਜ਼ੈਂਟ ਮੂਵਮੈਂਟ ਇਨ ਪੰਜਾਬ ਦੇ ਨਾਲ ਜਿਹਦੇ ਕਰਕੇ ਚਾਰੋਂ ਆਨਸਰ ਸਾਡੇ ਕਿਆ ਨੇ கரੈਕਟ ਕਲੀਅਰ ਹੈ ਜੀ ਨੈਕਸਟ ਕੁਐਸਚਨ ਦ ਡਿਸਟ੍ਰਿਕਟ ਆਫ ਪੰਜਾਬ ਹੈਵਿੰਗ ਦਾ ਲੋਇਸਟ ਪੋਪੂਲੇਸ਼ਨ ਡੈਂਸਟੀ ਕਹਿੰਦੇ ਲੋਇਸਟ ਪੋਪੂਲੇਸ਼ਨ ਡੈਂਸਟੀ ਕੀ ਦੀ ਹੈ ਇੱਕ ਫਰਕ ਹੁੰਦਾ ਹੈ ਘੱਟ ਪੋਪੂਲੇਸ਼ਨ ਲੈਸ ਪੋਪੂਲੇਸ਼ਨ ਇੱਕ ਹੁੰਦਾ ਲੋਇਸਟ ਪੋਪੂਲੇਸ਼ਨ ਡੈਂਸਟੀ ਪੋਪੂਲੇਸ਼ਨ ਦੀ ਗੱਲ ਕਰੂੰਗਾ ਤਾਂ ਨੰਬਰਸ ਤੇ ਗੱਲ ਕਰੂੰਗਾ ਕਿ ਐਨੇ ਬੰਦੇ ਰਹਿੰਦੇ ਨੇ ਪਰ ਜਦ ਇੱਥੇ ਗੱਲ ਕਰੂੰਗਾ ਇੱਥੇ ਪਰਸਨਸ ਪਰ ਕਿਲੋਮੀਟਰ ਸਕਰ ਦੀ ਗੱਲ ਕਰੂੰਗਾ ਇਹ ਚੀਜ਼ ਯਾਦ ਰੱਖਣਾ ਪੋਪੂਲੇਸ਼ਨ ਡੈਨਸਿਟੀ ਦੀ ਗੱਲ ਆ ਰਹੀ ਹੈ ਦੈਨ ਆਈ ਐਮ ਟਾਕਿੰਗ ਅਬਾਊਟ ਪਰਸਨਸ ਪਰ ਕਿਲੋਮੀਟਰ ਸਕਰ ਅਦਰਵਾਈਜ਼ ਆਈ ਐਮ ਟਾਕਿੰਗ ਅਬਾਊਟ ਨੰਬਰ ਆਫ ਪਰਸਨਸ ਐਂਡ ਦੇ ਹੈਵ ਆਸਕਡ ਮੀ ਦ ਡਿਸਟ੍ਰਿਕਟ ਆਫ ਪੰਜਾਬ ਹੈਵਿੰਗ ਦ ਲੋਇਸਟ ਪੋਪੂਲੇਸ਼ਨ ਡੈਨਸਿਟੀ ਤੇ ਜਿਹੜੀ ਲੋਇਸਟ ਪੋਪੂਲੇਸ਼ਨ ਡੈਨਸਿਟੀ ਮਤਲਬ ਸਾਨੂੰ ਆਨਸਰ ਇਹਦਾ ਦੇਣਾ ਹੈ ਇਹਦਾ ਆਨਸਰ ਕੀ ਹੈ ਮੁਕਸਰ ਇਹਦਾ ਆਨਸਰ ਕੀ ਹੈ ਮੁਕਸਰ ਜੇ ਲੀਸਟ ਪੋਪੂਲੇਸ਼ਨ ਪੁੱਛਿਆ ਹੁੰਦਾ ਆਨਸਰ ਹੋਣਾ ਸੀ ਬਰਨਾਲਾ ਕਿਆ ਹੋਣਾ ਸੀ ਆਨਸਰ ਬਰਨਾਲਾ ਸੈਂਸਸ ਤੋਂ ਇੱਕ ਹੋਰ ਕੁਐਸਚਨ ਪੁੱਛ ਲਿਆ ਗਿਆ ਇਹਦਾ ਮਤਲਬ ਕੀ ਹੈ ਸੈਂਸਸ ਪੰਜਾਬ ਦਾ 2011 ਦਾ ਇਟ ਇਜ਼ ਵਨ ਆਫ ਦਾ ਮੋਸਟ ਇੰਪੋਰਟੈਂਟ ਥਿੰਗਸ ਥੈਟ ਯੂ ਨੀਡ ਟੂ ਲਰਨ ਕਲੀਅਰ ਹੈ ਜੀ ਲਾਸਟ 2015 ਦਾ ਕੁਐਸਚਨ ਪੰਜਾਬ ਸ਼ੇਅਰਸ ਅਫਰਲੀ ਡੈਸ਼ ਕਿਲੋਮੀਟਰਸ ਆਫ ਇੰਟਰਨੈਸ਼ਨਲ ਬਾਰਡਰ ਕਹਿੰਦੇ ਪੰਜਾਬ ਦਾ ਇੰਟਰਨੈਸ਼ਨਲ ਬਾਰਡਰ ਕਿੰਨੇ ਕਿਲੋਮੀਟਰ ਦਾ ਹੈ ਸੌਖਾ ਜਿਹਾ ਸਵਾਲ ਹੈ ਜੀ ਸਟੈਟਿਕ 553 ਕਿਆ ਆਨਸਰ ਹੈ ਜੀ 553 ਸਾਰੇ ਕੁਐਸਚਨ ਦੇਖੋ ਸਟੈਟਿਕ ਆ ਰੱਖੇ ਨੇ ਕੋਈ ਨਹੀਂ ਆ ਰੱਖਿਆ ਕਰੰਟ ਦਾ ਕੁਐਸਚਨ ਪੰਜਾਬ ਜੀਕੇ ਜਿੰਨੀ ਸੌਖੀ ਆਂਦੀ ਉਹਨਾਂ ਕੋਈ ਸੌਖਾ ਨਹੀਂ ਆ ਰਿਹਾ ਬਟ ਜੇ ਤਿਆਰੀ ਚੱਜ ਨਾਲ ਕੀਤੀ ਗਈ ਹੈ ਕਲੀਅਰ ਹੈ ਜੀ মুਵਿੰਗ ਓਨ ਟੂ ਦਾ 2018 ਦੇ ਪੀਸੀਸ ਦੇ ਕੁਐਸਚਨਸ ਸਟਾਰਟ ਕਰਦੇ ਹਾਂ ਜੀ ਪਹਿਲਾ ਕੰਜਲੀ ਵੈਟਲੈਂਡ ਇਜ਼ ਇਨ ਵਿਚ ਡਿਸਟ੍ਰਿਕਟ ਆਫ ਪੰਜਾਬ ਇਹ ਕੁਐਸਚਨ ਹੈ ਨਾ ਕਿਸ ਗਿਆ ਹੁਣ ਇੰਨੇ ਪੇਪਰਾਂ ਚ ਪੁੱਛਿਆ ਜਾ ਚੁੱਕਿਆ ਹੈ ਬੱਚਾ ਨੇ ਸਿੱਧਾ ਹੀ ਟਿਕ ਕਰ ਦਿੰਦੇ ਨੇ ਕਿਹੜਾ ਕਪੂਰਥਲਾ ਉਕੇ ਬੱਚੇ ਇਹਨਾਂ ਪੜ ਚੁੱਕੇ ਨੇ ਕਿ ਕਪੂਰਥਲਾ ਚੀ ਕਿਹੜਾ ਪਾਇਆ ਜਾਂਦਾ ਕੰਜਲੀ ਵੈਟਲੈਂਡ ਅਗੇਨ ਈਜ਼ੀ ਕੁਐਸਚਨ ਇਟਸ ਅ ਜੀਓਗ੍ਰਾਫੀ ਦਾ ਕੁਐਸਚਨ ਹੈ ਪਲੱਸ এনਵਾਇਰਨਮੈਂਟ ਵੀ ਕਹਿ ਸਕਦੇ ਹੋ ਪਲੱਸ ਇਟ ਇਜ਼ ਸਟੈਟਿਕ ਕੁਐਸਚਨ ਠੀਕ ਹੈ ਜੀ ਵਟ ਇਜ਼ ਅ ਲੌਜੀਕਲ ਨੇਮ ਆਫ ਦਾ ਸਟੇਟ ਬਰਡ ਆਫ ਪੰਜਾਬ ਪਹਿਲੀ ਗੱਲ ਤਾਂ ਇਹ ਬੇਸਿਕਸ ਨੇ ਇਹ ਕੁਐਸਚਨ ਕੋਈ ਔਖਾ ਨਹੀਂ ਹੈਗਾ ਇਹ ਸਿਰਫ ਬੇਸਿਕ ਕੁਐਸਚਨ ਹੈ ਸਟੇਟ ਬਰਡ ਆਫ ਪੰਜਾਬ ਕਿਹੜਾ ਹੈ ਬਲੈਕ ਬੱਕ ਤੇ ਉਹਦੇ ਨਾਲ ਉਹਦਾ ਸੈਂਟੀਫਿਕ ਨੇਮ ਲਿਖਿਆ ਹੁੰਦਾ ਜਾਂ ਆਪਾਂ ਬਾਇਓਲੋਜੀਕਲ ਨੇਮ ਕਹਿੰਦੇ ਆ ਉਹ ਹੈਗਾ ਐਂਟਲੋਪ ਕ ਕਲੀਅਰ ਹੈ ਜੀ ਨੈਕਸਟ ਕੁਐਸਚਨ ਐਗਰੋ ਕਲਾਈਮੈਟਿਕ ਜ਼ੋਨਸ ਦਿੱਤੇ ਹੋਏ ਨੇ ਮੈਚ ਕਰਨਾ ਕਿ ਕਿਹੜਾ ਰੀਜਨ ਉਸ ਚ ਪੈਂਦਾ ਕੰਮ ਸੌਖਾ ਕਰ ਦਈਏ ਸੈਂਟਰਲ ਪਲੇਨ ਜ਼ੋਨ ਸੈਂਟਰਲ ਕਿਹੜਾ ਹੈ ਜਲੰਧਰ ਜੀ ਸਬ ਮਾਉਂਟੇਨ ਅੰਡੂਲੇਟਿੰਗ ਅੰਡੂਲੇਟਿੰਗ ਹੁੰਦਾ ਐਦਾਂ ਐਦਾਂ ਥੋੜਾ ਜਿਹਾ ਐਦਾਂ ਹਿਲਦਾ ਡੁੱਲਦਾ ਉਹਦਾ ਆਨਸਰ ਕੀ ਹੈ ਹੁਸ਼ਿਆਰਪੁਰ ਵੈਸਟਰਨ ਜ਼ੋਨ ਵੈਸਟਰਨ ਜ਼ੋਨ ਹੈਗਾ ਜੀ ਮੋਗਾ ਵੈਸਟਰਨ ਪਲੇਨ ਜ਼ੋਨ ਉਹ ਹੈਗਾ ਜੀ ਫਿਰੋਜ਼ਪੁਰ ਜੋਗ੍ਰਾਫੀ ਦਾ ਕੁਐਸਚਨ ਹੈ ਸਿੱਧਾ ਐਗਰੋ ਕਲਾਈਮੈਟਿਕ ਜ਼ੋਨ ਇਨੂੰ ਮੈਚ ਕਰ ਦਿਓ ਜੀ ਏ ਆਪਸ਼ਨ 2 1 4 3 ਕਿੱਥੇ ਆ ਰਹੀ ਹੈ 2 1 4 3 ਇਸ ਬੀ ਆਪਸ਼ਨ ਸੌਖੀ ਹੋ ਗਈ ਗੇਮ ਪਰ ਕਿਵੇਂ ਪਤਾ ਚੱਲੂਗਾ ਇਹ ਸਾਰੀ ਚੀਜ਼ਾਂ ਦਾ ਜੇ ਸਾਨੂੰ ਪੰਜਾਬ ਦਾ ਨਕਸ਼ਾ ਜਾਂ ਮੈਪ ਯਾਦ ਹੈ ਕਲੀਅਰ ਹੈ ਜੀ ਇੰਨੀ ਗੱਲ ਚਲੋ ਜੀ ਨੈਕਸਟ ਕੁਐਸਚਨ ਫਿਰ ਦੇਖ ਲਓ ਜੀ ਰਿਵਰ ਫੜ ਲੀ ਉਹਨੇ ਦਰਿਆ ਫੜ ਲੇ ਤੇ ਦਰਿਆ ਦੇ ਉੱਤੇ ਕਿਹੜੇ ਕਿਹੜੇ ਡੈਮ ਬਣੇ ਹੋਏ ਉਹਨਾਂ ਤੇ ਕੁਐਸਚਨ ਪੁੱਛ ਲਿਆ ਮੈਂ ਪਹਿਲਾਂ ਵੀ ਦੱਸਿਆ ਸੀ ਇਹ ਜੇ ਕੁਐਸਚਨ ਪੇਪਰ 'ਚ ਜ਼ਰੂਰ ਆਉਂਦਾ ਹੈ ਹਰ ਸਾਲ ਉਹਨਾਂ ਨੇ ਪੇਪਰ 'ਚ ਕੁਐਸਚਨ ਪੁੱਛੇ ਨੇ ਕਿ ਦਰਿਆਵਾਂ ਦੇ ਉੱਤੇ ਕਿਹੜੇ ਕਿਹੜੇ ਡੈਮ ਹੈਗੇ ਨੇ ਤਾਂ ਦੇਖ ਲੈਣੇ ਆ ਜੀ ਚਨਾਬ ਦੇ ਉੱਤੇ ਬਗਲੀਹਾਰ ਹੈਗਾ ਬਿਲਕੁਲ ਹੈਗਾ ਜੀ ਪਹਿਲੀ ਸਟੇਟਮੈਂਟ ਬਿਲਕੁਲ ਕਰੈਕਟ ਹੈ ਫਿਰ ਦੋ ਡੈਮ ਹੋਰ ਪੁੱਛੇ ਨੇ ਦੁਲਹਸਤੀ ਤੇ ਸਲਾਲ ਇੱਕ ਤਾਂ ਕਹਿ ਰਹੇ ਝੇਲਮ ਦੇ ਉੱਤੇ ਇੱਕ ਕਹਿ ਰਹੇ ਰਾਵੀ ਦੇ ਉੱਤੇ ਦੋਨੋਂ ਗਲਤ ਨੇ ਦੋਨੋਂ ਕਿਹਦੇ ਉੱਤੇ ਨੇ ਚਨਾਬ ਦੇ ਉੱਤੇ ਹੀ ਨੇ ਚਨਾਬ ਦੇ ਉੱਤੇ ਸਲਾਲ ਵੀ ਹੈ ਦੁਲਹਸਤੀ ਵੀ ਹੈ ਤੇ ਬਗਲੀਹਾਰ ਵੀ ਹੈ ਬੇਸਿਕਲੀ ਜਿਹੜਾ ਦੁਲਹਸਤੀ ਹੈ ਠੀਕ ਹੈ ਜੀ ਤੇ ਫਿਰ ਆਪਾਂ ਚਨਾਵ ਕਹਿ ਸਕਦੇ ਹਾਂ ਪਰ ਚੇਲਮ ਤਾਂ ਕਹਿ ਨਹੀਂ ਸਕਦੇ ਨਾਈ ਥੱਲੇ ਨੂੰ ਰਾਵੀ ਕਹਿ ਸਕਦੇ ਕਿਉਂਕਿ ਸਲਾਲ ਕੀਦੇ ਉੱਤੇ ਹੈ ਚਨਾਵ ਦੇ ਉੱਤੇ ਦੂਜੀ ਤੀਜੀ ਗਲਤ ਹੈ ਪੁੱਛਿਆ ਗਿਆ ਗਿਆ ਕਰੈਕਟ ਜੇ ਇਨਕਰੈਕਟ ਪੁੱਛਿਆ ਹੁੰਦਾ ਤਾਂ 2 ਐਂਡ 3 ਆਪਸ਼ਨ ਹੀ ਨਹੀਂ ਹੈਗੀ ਤਾਂ ਕਰੈਕਟ ਪੁੱਛੀ ਹੈ ਕਰੈਕਟ ਕਿਹੜੀ ਹੈ ਏ ਆਪਸ਼ਨ 댓 ਇਜ਼ 1 ਓਨਲੀ ਦੇਖੋ ਸੌਖੇ ਕੁਐਸਚਨ ਨੇ ਬਟ ਉਹੀ ਗੱਲ ਹੈ ਕਿ ਜੇ ਤੁਸੀਂ ਇਹਦਾ ਤੁਸੀਂ ਤਿਆਰੀ ਚੱਜ ਨਾਲ ਕਰ ਰੱਖੀਏ ਠੀਕ ਹੈ ਜੀ ਨੈਕਸਟ ਕੁਐਸਚਨ विच विद फॉलोइंग स्टेटमेंट्स आर करेक्ट रिगार्डिंग इकनॉमिक एंड स्टैटिस्टिकल ऑर्गनाइजेस ऑफ पंजाब पाब कर्गनाइजेस ऑफ पंजाब है सिंपल क्वेश्चन है बारे दो स्टेटमेंट्स ने इट प्रोवाइड्स एडवाइजरी सर्विसिज टू द स्टेट गवर्नमेंट ऑन इकनॉमिक मैटरस टू फॉर्म पॉलिसीज सैकेंड इट एक्ट एज अ नोडल एजेंसी फॉर एम पी लैड स्कीम इतम लिखना सी लैड स्कीम MPLADS ਮੈਂਬਰ ਆਫ ਪਾਰਲੀਮੈਂਟ ਲੋਕਲ ਏਰੀਆ ਡਿਵੈਲਪਮੈਂਟ ਸਕੀਮ ਜਿਹਨੂੰ ਹਰ ਇੱਕ ਜਿਹੜਾ ਮੈਂਬਰ ਆਫ ਪਾਰਲੀਮੈਂਟ ਨੇ ਉਹਨਾਂ ਨੂੰ ਬੋਲਿਆ ਜਾਂਦਾ ਹੈ ਕਿ ਆਪਣੇ ਆਪਣੀ ਕੰਸਟਿਟੈਂਸੀ ਨੂੰ ਡਿਵੈਲਪ ਕਰੋ ਉਸ ਦੇ ਰਿਲੇਟਿਡ ਇੱਕ ਸਕੀਮ ਹੈ ਜਿਹਨੂੰ ਕਿਆ ਕਹਿੰਦਾ ਹੈ MP LAD ਜਿਹੜੀ ਕਿ 1993 ਚ ਲਾਂਚ ਕੀਤੀ ਗਈ ਸੀ ਐਂਡ ਹੈਲਪਸ ਡਿਸਟ੍ਰਿਕਟ ਪਲੈਨਿੰਗ ਕਮੇਟੀ ਤੇ ਪੁੱਛਿਆ ਜਾ ਰਿਹਾ ਕਿ ਇਹਨਾਂ ਦੋਨਾਂ ਦੇ ਕੰਮ ਹੈਗੇ ਨੇ ਇਹ ਜਿਹੜੀ ਆਰਗੇਨਾਈਜੇਸ਼ਨ ਹੈ ਸਾਡੀ ਇਕਨੋਮਿਕ ਐਂਡ ਸਟੈਟਿਸਟਿਕਲ ਸਟੈਟਿਸਟਿਕਲ ਬਿਲਕੁਲ ਹੈਗੇ ਨੇ ਜੀ ਆਨਸਰ ਕਿਆ ਹੋ ਗਿਆ ਬੋਥ 1 ਐਂਡ 2 ਸਿੰਪਲ ਫੈਕਚੁਅਲ ਕੁ ਕਰੰਟ ਕੁਐਸਚਨ ਹੈ ਤਾਂ ਹੀ ਮੈਂ ਇਕੱਠੇ ਰੱਖੇ ਨੇ 2018 ਦੇ ਵਿੱਚ ਬਿਲਕੁਲ ਨਿਊਜ਼ਟ ਸੀਗੇ ਜੀ ਆ ਬਜਟ ਚ ਪੁੱਛਿਆ ਗਿਆ ਸੀ ਉਸ ਤੋਂ ਪਹਿਲਾਂ ਇਹ ਬੈਨ ਕੀਤੇ ਗਏ ਸੀਗੇ ਦੇਖਦੇ ਆ ਕਿਹੜਾ ਕੁਐਸਚਨ ਹੈ ਵਿਚ ਇਨਸੈਕਟਿਸਾਈਡ ਇਜ਼ ਬੈਨਡ ਬਾਏ ਦਾ ਪੰਜਾਬ ਗਵਰਨਮੈਂਟ ਫਾਰ ਯੂਜ਼ ਇਨ ਐਗਰੀਕਲਚਰ ਕਹਿੰਦਾ ਕਿਹੜਾ ਇਨਸੈਕਟਿਸਾਈਡ ਬੈਨ ਕੀਤਾ ਸੀ ਪੰਜਾਬ ਗਵਰਨਮੈਂਟ ਨੇ ਫਾਰ ਯੂਜ਼ ਇਨ ਐਗਰੀਕਲਚਰ ਤੇ ਉਸ ਟਾਈਮ ਜੇ ਤੁਸੀਂ ਪੇਪਰ ਦੇਖਿਆ ਹੋਏਗਾ ਨਿਊਜ਼ਟ ਬਹੁਤ ਜ਼ਿਆਦਾ ਰਹਿੰਦਾ ਸੀ ਐਂਡੋਸਲਫਨ ਜਿਹੜਾ ਕਿ ਕੀ ਹੈ ਸਹੀ ਆਨਸਰ ਕਰੰਟ ਕੁਐਸਚਨ ਕੁਛ ਹੈ ਹੀ ਨਹੀਂ ਇਸ ਐਡ ਕਿਤੇ ਨਹੀਂ ਕੋਈ ਆਪਾਂ ਨੂੰ ਕੁਝ ਦਿਮਾਗ ਲਾਉਣ ਦੀ ਲੋੜ ਨਹੀਂ ਕਰੰਟ ਪੜ ਰੱਖਿਆ ਹੈ ਸਹੀ ਜਗ੍ਹਾ ਤੋਂ ਤੇ ਕੋਸ਼ਨ ਕਿ ਹੋ ਜੂਗਾ ਅਟੈਂਪਟ ਫਿਰ ਗਰੇ ਪੰਜਾਬ ਗਵਰਨਮੈਂਟ ਇੱਕ ਨਵਾਂ ਟੈਕਸ ਲੈ ਕੇ ਆਈ ਇਨਕਮ ਟੈਕਸ ਪੇਜ ਦੇ ਉੱਤੇ ਡਾਟਾ ਇੰਗੇਜ ਇਨ professions trades callings ਐਂਡ এমਪਲॉयਮੈਂਟ ਇਨ ਦਾ ਕਰੰਟ ਇਅਰ ਬਜਟ ਜਿਹੜਾ 2018-19 ਦਾ ਸੀਗਾ ਉਸ ਟੈਕਸ ਦਾ ਨਾਂ ਕੀ ਆ ਸੀਗਾ ਉਸ ਟੈਕਸ ਦਾ ਨਾਂ ਡਾਇਰੈਕਟ ਕੁਐਸ਼ਨ ਹੈ ਕਿ ਆ ਸੀਗਾ ਜੀ ਡਿਵੈਲਪਮੈਂਟ ਟੈਕਸ ਕਿ ਆ ਸੀ ਹੋ ਜਾਣਾ ਨਾਂ ਜੀ ਡਿਵੈਲਪਮੈਂਟ ਟੈਕਸ ਕਲੀਅਰ ਹੈ ਜੀ ਸੌਖੇ ਕੁਐਸ਼ਨ ਹੈ ਜੀ ਬਹੁਤ ਜ਼ਿਆਦਾ ਨੈਕਸਟ ਕੁਐ ਵਿਚੋ ਦਾ ਫਾਲੋਇੰਗ ਪੰਜਾਬੀ ਰਾਈਟਰਸ ਕਲਚਰ ਚ ਕੁਐਸਚਨ ਆ ਗਿਆ ਫਿਰ ਤੋਂ ਸਾਰੇ ਐਸਪੈਕਟਸ ਕਵਰ ਹੁੰਦੇ ਪੇਪਰ ਦੇ ਵਿੱਚ ਧਿਆਨ ਨਾਲ ਦੇਖੋ ਲਿਟਰੇਚਰ ਤੋਂ ਲੈ ਕੇ ਜੀਓਗ੍ਰਾਫੀ ਤੋਂ ਲੈ ਕੇ ਇਕਨੋਮਿਕਸ ਤੋਂ ਲੈ ਕੇ ਸਾਰੇ ਐਸਪੈਕਟ ਕਵਰ ਹੋ ਰਹੇ ਹੈ ਕਾਰੇ ਕਿਸ ਕਿਸ ਨੂੰ ਪ੍ਰੈਸਟੀਜੀਅਸ ਜਨਨਪਿਤ ਅਵਾਰਡ ਮਿਲ ਰੱਖਿਆ ਹੈ ਪਹਿਲੀ ਗੱਲ ਤਾਂ ਮੈਂ ਦੱਸਦਾ ਇਹ ਅਵਾਰਡ ਦਿੱਤਾ ਜਾਂਦਾ ਜਦ ਕੋਈ ਬਹੁਤ ਹੀ ਆਊਟਸਟੈਂਡਿੰਗ ਵਰਕ ਕਰਦਾ ਜਿਹੜੀ ਸਾਡੀ ਬਾਈ ਆਫੀਸ਼ੀਅਲ ਲੈਂਗੁਏਜਸ ਨੇ ਬਾਈ ਆਫੀਸ਼ੀਅਲ ਲੈਂਗੁਏਜਸ ਜਦ ਕੋਈ ਕੰਮ ਕਰਦਾ ਜਿਹੜਾ ਸ਼ੈਡਿਊਲ 8 ਚ ਦਿੱਤੀਆਂ ਹੋਈਆਂ ਨੇ ਉਹਨਾਂ ਦੇ ਰਿਲੇਟਿਡ ਉਸ ਨੂੰ ਇਹ ਤੇ ਅਸ ਤੱਕ ਦੋ ਹੀ ਬੰਦੇ ਰਹੇ ਨੇ ਜਿਨ੍ਹਾਂ ਨੂੰ ਇਹ ਅਵਾਰਡ ਮਿਲਿਆ ਤਾਂ ਕੰਮ ਹੀ ਸੌਖਾ ਹੋ ਗਿਆ ਦੋ ਬੰਦੇ ਚਾਰ ਤਾਂ ਹੋ ਨਹੀਂ ਸਕਦੇ ਉਹ ਦੋ ਬੰਦੇ ਕੌਣ ਨੇ ਗੁਰਦਿਆਲ ਸਿੰਘ ਤੇ ਅਮ੍ਰਿਤਾ ਪ੍ਰੀਤਮ ਪੁੱਛਿਆ ਗਿਆ ਸਲੈਕਟ ਦਾ ਕਰੈਕਟ ਆਨਸਰ ਸਹੀ ਆਨਸਰ ਕੈਸੀ 1 ਐਂਡ 2 ਤੇ ਸਾਡਾ ਆਪਸ਼ਨ ਕੀ ਹੈ 8th ਦਾ ਸੀ ਆਪਸ਼ਨ ਕਲੀਅਰ ਹੈ ਜੀ ਇਹਨੀ ਗੱਲ ਨੈਕਸਟ ਕੁਐਸਚਨ ਹੁਣ ਦੇਖੋ ਥੋੜੀ ਜੀ ਇਹ ਕਲਚਰ ਦੇ ਉੱਤੇ ਕੁਐਸਚਨ ਹੈ ਇਹਨਾਂ ਨੇ ਲਾਈਨਾਂ ਲਈਆਂ ਹੋਈਆਂ ਨੇ ਠੀਕ ਹੈ ਪਹਿਲੀ ਉੱਪਰ ਲਾਈਨ ਪੜੋ ਨੌਵੇਂ ਕੁਐਸਚਨ ਸੀ ਚੁਣ ਕਰੇ ਹਮੇ ਹਲਿਆਤੇ ਦਰ ਗੁਜ਼ਸਤ ਹਲਾਲੇ ਅਸਤ ਬਰਦਨ ਵੀ ਸ਼ਮਸ਼ੇਰ ਦਸਤ this verse is a part of which work by guru gobind singh ji ke thoda bahut ta bhi idea lagaoge na e pata chal jayega persian ch likhi gayi hai kisht likhi gayi hai persian de vich te guru gobind singh ji di ikko hi cheez hai jehdi persian ch unna ne likhi si gi that was zafar naw jehda unna ne letter likhya si kinnu aurangzeb nu kisht likhya si persian ch likhya si clear hai ji inni gal te direct ho janda sawal jeh thonu inna pata chal jaye ki aa kehdi cheez hai ਇਹ ਕੀ ਹੈ ਪਰਸ਼ੀਅਨ ਲਿਖੀ ਹੋਈ ਹੈ ਤੇ ਪਰਸ਼ੀਅਨ ਚ ਉਹਨਾਂ ਦੀ ਇੱਕੋ ਹੀ ਕਿਤਾਬ ਹੈ ਜਿਹਦਾ ਨਾਮ ਹੈ ਜ਼ਫਰਨਾਮਾ ਠੀਕ ਹੈ ਜੀ ਨੈਕਸਟ ਐਤੀ ਮਾਰ ਪਈ ਕੁਰਲਾਣੇ ਤੈ ਕਿ ਦਰਦ ਨਾ ਆਇਆ ਵਾਸ ਰਿਟਨ ਬਾਈ ਗੁਰੂ ਨਾਨਕ ਦੇਵ ਜੀ ਆਫਟਰ ધ ਇਨਵੇਸ਼ਨ ਬਾਈ ਸਾਨੂੰ ਨਹੀਂ ਪਤਾ ਹੋਊਗਾ ਬਈ ਇਹ ਨਾ ਔਖਾ ਕੁਐਸਚਨ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਕਦ ਕਿਆ ਹੋਵੇਗਾ ਹਨਾ ਡਾਊਟ ਪੈ ਜਾਊਗਾ ਪਰ ਇੱਕ ਧਿਆਨ ਨਾਲ ਤੀਜ ਪੜੋ ਚਲੋ ਸਾਨੂੰ ਨਹੀਂ ਪਤਾ ਕਿ ਕਦ ਕਿਆ ਹੋਵੇਗਾ ਇਹ ਲਾਈਨ ਕਦ ਕਹੀ ਹੋਏਗੀ ਪਰ ਉਹਨੇ ਮੁਝੇ ਕਦ ਕੀ ਦੀ ਇਨਵੇਸ਼ਨ ਨਾਲ ਮਤਲਬ ਉਸ ਟਾਈਮ 'ਤੇ ਗੁਰਨਾਨਕ ਦੇਵ ਜੀ ਦਾ ਸਮਕਾਲੀ ਕੌਣ ਸੀ ਕੰਟੈਂਪੋਰੀ ਕੌਣ ਸੀ ਗਜਨੀ ਤਾਂ ਬਹੁਤ ਸਾਲ ਪਹਿਲਾਂ ਐਸੀ 1000 ਇਸਵੀ ਚ ਆਇਆ ਸੀ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਹੈਗੇ 14ਵੇਂ 15ਵੇਂ ਸੈਂਚਰੀ ਦੇ ਇਹ ਤਾਂ ਹੋ ਨਹੀਂ ਸਕਦਾ ਅਹਿਮਦ ਸ਼ਾਹ ਅਬਦਾਲੀ ਬਹੁਤ ਲੇਟ ਆਇਆ ਹੈ 1700 ਦੇ ਆਪਾਂ ਨਾ ਸੁਣਦੇ 18ਵੀਂ ਸਦੀ ਦੇ ਵਿੱਚ ਹੋਣਾ ਚਾਹੀਦਾ ਹੈ ਹਮਾਇੂ ਦੇ ਟਾਈਮ ਤੇ ਜਾਂ ਬਾਬਰ ਦੇ ਟਾਈਮ ਤੇ ਆਈ ਚੀਜ਼ਾਂ ਨਿਕਲਦੀਆਂ ਨੇ ਠੀਕ ਹੈ ਜੇ ਤੁਹਾਨੂੰ ਪ੍ਰੋਪਰ ਐਗਜ਼ੈਕਟ ਪਤਾ ਹੈ ਇਹਨਾਂ ਦੇ ਟਾਈਮ ਪੀਰੀਅਡਸ ਤੇ ਸਹੀ ਆਨਸਰ ਕੀ ਆ ਜਾਂਦਾ ਹੈ ਬਾਬਰ ਸਹੀ ਆਨਸਰ ਆ ਜਾਂਦਾ ਬਾਬਰ ਕਿਉਂ ਕਿ ਇੰਡੀਆ ਚ ਇਨਵੇਸ਼ਨ ਕਿਨੇ ਕੀਤੀ ਸੀ ਬਾਬਰ ਨੇ ਤਾਂ ਹੀ ਉੱਥੋਂ ਕਾਇਆ ਸ਼ੁਰੂ ਹੋਇਆ ਸੀ ਮੁਗਲ ਸਲਤਨਤ ਉੱਥੋਂ ਕਾਇਆ ਸ਼ੁਰੂ ਹੋ ਗਈ ਸੀ ਮੁਗਲ ਸਲਤਨਤ ਤੇ ਇਸ ਕਰਕੇ ਕੁਐਸਚਨ ਦੇਖੋ ਕੁਐਸਚਨ ਦੇ ਵਿੱਚ ਹੀ ਆਨਸਰ ਹੈ ਕੁਐਸਚਨ ਦੇ ਵਿੱਚ ਹੀ ਆਨਸਰ ਕਿੱਥੋਂ ਹੈ ਵਰਡ ਇਨਵੇਸ਼ਨ ਪਾਤਾ ਤੇ ਤੁਹਾਨੂੰ ਕਹਤਾ ਥੋੜੀ ਹੋਤਾ ਆਪਸ਼ਨਸ ਨੂੰ ਇਲੀਮੀਨੇਟ ਕਰੋ ਤੇ ਹਮਾਇੂ ਤੇ ਬਾਬਰ ਦੇ ਵਿੱਚੋਂ ਸਹੀ ਆਨਸਰ ਚੂਸ ਕਰ ਲਓ ਹੈ ਕੁਐਸਚਨ ਕਿਹੜਾ ਹੈ ਫੈਕਚੁਅਲ ਕੁਐਸ਼ਨ ਨੇ ਕਲਚਰ ਦੇ ਕੁਐਸ਼ਨ ਨੇ ਬਸ ਥੋੜੇ ਦਿਮਾਗ ਵਾਲੇ ਕੁਐਸ਼ਨ ਸੀ ਜੇ ਦਿਮਾਗ ਲਾ ਲਿਆ ਇਹ ਦੋਨੋਂ ਕੁਐਸ਼ਨ ਕਿਆ ਹੋ ਜਾਣੇ ਸੀਗੇ ਅਟੈਂਪਟ ਕਲੀਅਰ ਹੈ ਜੀ ਇੰਨੀ ਗੱਲ ਠੀਕ ਹੈ ਜੀ ਇਹ ਸਾਡੇ ਕੁਐਸ਼ਨ ਸੀਗੇ ਜਿਹੜੇ ਪੀਪੀਐਸਸੀ ਨੇ ਜੀਕੇ ਦੇ ਪੁੱਛੇ ਨੇ 13 15 ਤੇ 18 ਚੋਂ ਅਸੀਂ ਇਹਨੂੰ ਹੋਲਿਸਟਿਕ ਤਰੀਕੇ ਨਾਲ ਕੰਪਰੀਹੈਂਸਿਵ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਆਏ ਮੈਨ ਮੈਨੂ ਹੋਏਗਾ ਪੱਕਾ ਕਿ ਅੱਜ ਸਾਡੀ ਵੀਡੀਓ ਕੁਆਲਿਟੀ ਥੋੜੀ ਜੀ ਬੈਟਰ ਹੋਏਗੀ ਕੱਲ ਨਾਲੋਂ ਠੀਕ ਹੈ ਕੱਲ ਥੋੜੀ ਸਕਰੀਨ ਨਹੀਂ ਦਿਖ ਰਹੀ ਸੀ ਅਸੀਂ ਇਸ ਕੋਸ਼ਿਸ਼ ਕੀਤੀ ਹੈ ਕਿ ਵੀਡੀਓ ਕੁਆਲਿਟੀ ਇੰਪਰੂਵ ਕੀਤੀ ਜਾਏ ਧਿਆਨ ਵਾਲੇ ਟਾਈਮ ਜੇ ਅਸੀਂ ਹੋਰ ਵੀ ਕੋਸ਼ਿਸ਼ ਕਰਾਂਗੇ ਤੇ ਵੀਡੀਓ ਕੁਆਲਿਟੀਆਂ ਸਾਡੀਆਂ ਇੰਪਰੂਵ ਹੀ ਹੁੰਦੀਆਂ ਰਹਿਣ ਤੇ ਬਾਕੀ ਗੱਲ ਰਹੀ ਜਿਵੇਂ ਆਪਾਂ ਪ੍ਰੋਮਿਸ ਕੀਤਾ ਹੋਇਆ ਵਾਅਦਾ ਕੀਤਾ ਤੇ ਨਿਮਾਣਤਾ ਹੈਗਾ ਹੀ ਹੈ ਤੇ ਆਪਾਂ ਅੱਗੇ ਜੋ ਵੀ ਆਏਗਾ ਆਪਾਂ ਇਹਦੇ ਕੁਐਸਚਨਸ ਡਿਸਕਸ ਕਰਾਂਗੇ ਪ੍ਰੀਵੀਅਸ ইयर्स ਦੇ ਤਾਂ ਕਿ ਤੁਹਾਨੂੰ ਇੱਕ ਆਈਡੀਆ ਆ ਜਾਏ ਕਿ ਪੇਪਰ 'ਚ ਤਿਆਰੀ ਕਰਨੀ ਕਿਸ ਤਰੀਕੇ ਨਾਲ ਹੈ ਕਲੀਅਰ ਹੈ ਜੀ ਚਲੋ ਜੀ ਥੈਂਕ ਯੂ ਵੈਰੀ ਮਚ